ਨਾਨਕ ਦੇਵ ਜੀ ਮਹਾਰਾਜ ਦੇ ਇਹ ਬੋਲ, ਪੁਰਸ਼ ਦੇ ਅੰਦਰ ਨਾਰੀ ਹੈ ਔਰ ਨਾਰੀ ਦੇ ਅੰਦਰ ਪੁਰਸ਼ ਹੈ। ਕਾਇਨਾਤ 'ਤੇ ਨਿਗਾਹ ਮਾਰੀਏ ਅਤੇ ਸਾਰੀ ਕਾਇਨਾਤ ਇਹ ਕੁਦਰਤ ਨਰ ਅਤੇ ਮਦੀਨ ਵਿੱਚ ਵੰਡੀ ਹੋਈ ਹੈ। ਪਸ਼ੂਆਂ ਨੂੰ ਲਈਏ, ਪਕਸ਼ੀਆਂ ਨੂੰ ਲਈਏ, ਬਨਸਪਤੀ ਤੱਕ ਨਰ ਔਰ ਮਦੀਨ ਵਿੱਚ ਵੰਡੀ ਪਈ ਹੈ। ਮਨੁੱਖੀ ਦੁਨੀਆ ਇਤਿਹਾਸ ਤੌਰ 'ਤੇ ਸੂਖਸ਼ਮ ਜਗਤ ਨੂੰ ਦੇਖੀਏ, ਅਸਤੂਲ ਜਗਤ ਨੂੰ ਦੇਖੀਏ, ਕੁਛ ਨਰ ਹੈ, ਕੁਛ ਮਦੀਨ ਹੈ। ਮਿਡਲ ਈਸਟ 'ਤੇ ਜਿਹੜੇ ਧਰਮ ਪੈਦਾ ਹੋਏ, ਇਸਲਾਮ, ਈਸਾਈਅਤ, ਯਹੂਦੀ, ਪਾਰਸੀ, ਐਸਾ ਮੰਨਦੇ ਨੇ ਕਿ ਪੁਰਸ਼ ਦੀ ਪਸਲੀ ਨੂੰ ਤਰਾਸ਼ ਕੇ ਔਰਤ ਦਾ ਜ਼ਹੂਰ ਆਲਮ ਹੋਇਆ, ਇਸਤਰੀ ਦਾ ਜਨਮ ਹੋਇਆ। ਕੁਛ ਵੀ ਹੋਵੇ, ਚਾਹੇ ਇਸਤਰੀ ਦੇ ਸੀਨੇ ਤੋਂ ਪੁਰਸ਼ ਪੈਦਾ ਹੋਇਆ, ਚਾਹੇ ਪੁਰਸ਼ ਦੇ ਸੀਨੇ ਤੋਂ ਇਸਤਰੀ ਪੈਦਾ ਹੋਈ ਹੈ, ਲੇਕਿਨ ਇਤਨੀ ਗੱਲ ਤੇ ਆਦ ਰੂਪ ਵਿੱਚ ਕਬੂਲ ਕਰਨੀ ਪਏਗੀ ਕਿ ਦੋਹਾਂ ਦਾ ਵਜੂਦ ਇੱਕ ਹੈ, ਇੱਕ ਵਿੱਚ ਇਹ ਦੋ ਨੇ ਔਰ ਦੋਹਾਂ ਵਿੱਚ ਇਹ ਇੱਕ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਸ ਗੁੱਥੀ ਨੂੰ ਬਹੁਤ ਸੋਹਣੇ ਢੰਗ ਨਾਲ ਸੁਲਝਾਇਆ ਹੈ। ਪੁਰਖ ਮੇ ਨਾਰ, ਨਾਰ ਮੇ ਪੁਰਖਾ, ਬੂਝੋ ਬ੍ਰਹਮ ਗਿਆਨੀ। ਇਹ ਬ੍ਰਹਮ ਗਿਆਨੀਓ, ਇੱਕ ਗੱਲ ਨੂੰ ਸਮਝੋ, ਜਾਣੋ, ਪੁਰਸ਼ ਦੇ ਅੰਦਰ ਹੀ ਨਾਰੀ ਹੈ, ਨਾਰੀ ਦੇ ਅੰਦਰ ਪੁਰਸ਼, ਦੋਹਾਂ ਦਾ ਵਜੂਦ ਦੋਹਾਂ ਕਰਕੇ ਹੈ। ਇਸ ਵਾਸਤੇ ਇੱਕ ਦੇ ਅੰਦਰ ਇਹ ਦੋਵੇਂ ਮੌਜੂਦ ਨੇ। ਇਸਤਰੀ ਦੇ ਅੰਦਰ ਪੁਰਸ਼ ਮੌਜੂਦ ਹੈ, ਅਸਥੂਲ ਰੂਪ ਦੇ 'ਚ ਵੀ, ਸੂਖਸ਼ਮ ਰੂਪ ਦੇ 'ਚ ਵੀ, ਔਰ ਪੁਰਸ਼ ਦੇ ਅੰਦਰ ਇਸਤਰੀ ਮੌਜੂਦ ਹੈ, ਅਸਥੂਲ ਰੂਪ ਦੇ 'ਚ ਵੀ, ਸੂਖਸ਼ਮ ਰੂਪ ਦੇ 'ਚ ਵੀ, ਤਨ ਦੇ 'ਚ ਵੀ ਔਰ ਮਨ ਦੇ 'ਚ ਵੀ। ਪੁਰਸ਼ ਇਸ ਵਾਸਤੇ ਪੁਰਸ਼ ਹੋ ਸਕਿਆ, ਇਹ 60% ਪੁਰਸ਼ ਹੈ, 40% ਇਸ ਦੇ 'ਚ ਮਾਦਾ ਹੈ, ਨਾਰੀ ਹੈ। ਨਾਰੀ ਇਸ ਵਾਸਤੇ ਨਾਰੀ ਹੋ ਸਕੀ ਹੈ, ਇਹ 60% ਇਸਤਰੀ ਹੈ, ਪਰ 40% ਇਸ ਦੇ 'ਚ ਪੁਰਸ਼ ਹੈ। ਸਾਡੇ ਦੇਸ਼ ਨੇ ਨਾਰੀ ਨੂੰ ਅਰਧ ਅੰਗ ਆਖਿਆ। ਇਹ ਗੱਲ ਵੱਖਰੀ ਹੈ ਕਿ ਕਹਿਣ ਦਾ ਲੱਭੋ ਲੈ ਜਾ ਅਰਥ ਸਮੇਂ ਦੇ ਨਾਲ ਬਦਲੇ। ਨਾਰੀ ਪੁਰਸ਼ ਦਾ ਅਰਧ ਅੰਗ ਹੈ, ਭਾਵ ਪੁਰਸ਼ ਇਸ ਦੇ ਅੰਦਰ ਅਧੂਰਾ ਹੈ। ਅਗਰ ਐਸਾ ਹੈ ਤਾਂ ਪੁਰਸ਼ ਨਾਰੀ ਦਾ ਅਰਧ ਅੰਗ ਹੈ, ਭਾਵ ਇਸ ਦੇ ਅੰਦਰ ਨਾਰੀ ਅਧੂਰੀ ਹੈ। ਕੁਦਰਤ ਅਧੂਰਾ ਕੁਛ ਵੀ ਰਹਿਣ ਦੇਣਾ ਨਹੀਂ ਚਾਹੁੰਦੀ, ਸੰਪੂਰਨ ਕਰਕੇ ਹੀ ਕੁਦਰਤ ਸੁੱਖ ਮਾਣਦੀ ਹੈ। ਪਰਮਾਤਮਾ ਦਾ ਨਾਮ ਹੈ ਪੂਰਨ। ਕਾਇਨਾਤ ਵਿੱਚ ਸਭ ਕੁਝ ਪੂਰਨਤਾ ਦੀ ਤਲਾਸ਼ ਦੇ 'ਚ ਹੈ ਔਰ ਪੂਰਨ ਹੋਣਾ ਚਾਹੁੰਦਾ ਹੈ, ਜ਼ਿੰਦਗੀ ਦਾ ਲਕਸ਼ ਪੂਰਨ ਹੋਣਾ ਹੈ। ਤੋ ਅਧੂਰੀ ਨਾਰੀ ਜੋ ਪੁਰਸ਼ ਦੇ ਅੰਦਰ ਹੈ, ਸੰਪੂਰਨ ਹੋਣਾ ਚਾਹੁੰਦੀ ਹੈ।
ਔਰ ਅਧੂਰਾ ਪੁਰਸ਼ ਜੋ ਨਾਰੀ ਦੇ ਅੰਦਰ ਹੈ ਸੰਪੂਰਨ ਹੋਣਾ ਚਾਹੁੰਦਾ ਹੈ। ਇਹੀ ਕਾਰਨ ਹੈ, ਮਨੋਵਿਗਿਆਨਿਕ ਵੀ ਇਸ ਨਾਲ ਸਹਿਮਤ ਨੇ ਕਿ ਪੁਰਸ਼ ਦੇ ਅੰਦਰ ਨਾਰੀ ਦੀ ਕਸ਼ਿਸ਼ ਹੈ ਔਰ ਨਾਰੀ ਦੇ ਅੰਦਰ ਪੁਰਸ਼ ਦੀ ਕਸ਼ਿਸ਼ ਹੈ। ਇਹ ਵਿਪਰੀਤ ਤੋਂ ਪ੍ਰਭਾਵਿਤ ਨੇ, ਹਮਜਿਨਸ ਤੋਂ ਪ੍ਰਭਾਵਿਤ ਨਹੀਂ। ਉਸਦਾ ਮੂਲ ਕਾਰਨ ਪੁਰਸ਼ ਆਪਣੇ ਤਲ 'ਤੇ ਪੂਰਾ ਪੁਰਸ਼ ਹੈ, ਉਸਦੇ ਅੰਦਰ ਅਧੂਰੀ ਨਾਰੀ ਹੈ। ਨਾਰੀ ਆਪਣੇ ਤਨ 'ਤੇ ਪੂਰਨ ਨਾਰੀ ਹੈ, ਪਰ ਉਹ ਪੁਰਸ਼ ਦੇ ਤਲ 'ਤੇ ਅਧੂਰੀ ਹੈ। ਮਾਂ ਬਾਪ ਤੋਂ ਇਹ ਸਰੀਰ ਆਇਆ, ਦੋਹਾਂ ਦੀ ਅੰਸ਼ ਸਰੀਰ ਦੇ 'ਚ ਮੌਜੂਦ ਹੈ। ਅਸਥੂਲ ਰੂਪ ਨੂੰ ਸੰਪੂਰਨ ਕਰਨ ਦਾ ਜੋ ਢੰਗ ਮਨੁੱਖੀ ਦੁਨੀਆ ਨੇ ਅਪਣਾਇਆ, ਉਸਦਾ ਨਾਂ ਆਨੰਦ ਕਾਰਜ, ਵਿਵਾਹ, ਨਿਕਾਹ ਆਦਿਕ ਪ੍ਰਚਲਿਤ ਹੋਏ। ਮੈਰਿਜ ਦਾ ਜਨਮ ਹੋਇਆ, ਨਿਕਾਹ ਦਾ ਜਨਮ ਹੋਇਆ, ਆਨੰਦ ਕਾਰਜ ਵਿਵਾਹ ਪ੍ਰਥਾ ਜੋ ਹੈ ਚਲੀ। ਇਹ ਤੇ ਸੀ ਸੂਖਸ਼ਮ ਸਰੀਰ ਦੀ ਪੂਰਤੀ, ਇਹ ਤੇ ਸੀ ਅਸਥੂਲ ਜਗਤ ਦੀ ਪੂਰਤੀ। ਅਸਥੂਲ ਸਰੀਰ ਨੂੰ ਅਸਥੂਲ ਸਰੀਰ ਦਾ ਮਿਲਣ ਹੋ ਗਿਆ, ਪੁਰਸ਼ ਨੂੰ ਨਾਰੀ ਮਿਲ ਗਈ, ਨਾਰੀ ਨੂੰ ਪੁਰਸ਼, ਔਰ ਪਸ਼ੂਆਂ ਦੀ ਦੁਨੀਆ 'ਚ, ਪਕਸ਼ੀਆਂ ਦੀ ਦੁਨੀਆ 'ਚ, ਕੀੜੇ ਮਕੌੜਿਆਂ ਦੀ ਦੁਨੀਆ 'ਚ ਉਹ ਆਪਣੇ ਢੰਗ ਨਾਲ ਇਸ ਜ਼ਰੂਰਤ ਨੂੰ ਪੂਰਾ ਕਰਦੇ ਨੇ। ਲੇਕਿਨ ਸੂਖਸ਼ਮ ਤਲ ਵੀ ਹੈ, ਨਾਰੀ ਦਾ ਹਿਰਦਾ ਵੀ ਹੈ, ਪੁਰਸ਼ ਦਾ ਹਿਰਦਾ ਵੀ ਹੈ। ਸੁਭਾਵਿਕ ਤਲ 'ਤੇ ਦੇਖੀਏ ਕਸ਼ਿਸ਼ ਵਿਪਰੀਤ ਦੀ ਹੈ। ਦੇਵੀ ਗੁਣਾਂ ਨੂੰ ਲਈਏ, ਇਹ ਵੀ ਨਰ ਅਤੇ ਮਦੀਨ ਦੇ 'ਚ ਵੰਡੇ ਪੈਣ ਹੈ। ਜੇ ਭਗਤੀ ਨਾਰੀ ਹੈ ਤਾਂ ਗਿਆਨ ਪੁਰਸ਼ ਹੈ। ਗੁਰਬਾਣੀ ਨੇ ਗਿਆਨ ਨੂੰ ਪੁਰਸ਼ ਆਖਿਆ ਹੈ, ਭਗਤੀ ਨੂੰ ਨਾਰੀ ਆਖਿਆ ਹੈ। ਨਿਜ ਭਗਤੀ ਸੀਲਵੰਤੀ ਨਾਰ, ਰੂਪ ਅਨੂਪ ਪੂਰੀ ਆਚਾਰ, ਜਿਚਰ ਵਸੀ ਪਿਤਾ ਕੇ ਸਾਥ, ਤਿਚਰ ਕੰਧ ਫੋ ਫਿਰੇ ਉਦਾਸ, ਕਰ ਸੇਵਾ ਸਤਪੁਰਖ ਮਨਾਇਆ, ਗੁਰਆਣੀ ਘਰ ਮੇਂ ਤਾਂ ਸਰਬ ਸੁਖ ਪਾਇਆ। ਤੋ ਭਗਤੀ ਨੂੰ ਨਾਰੀ ਆਖਿਆ ਹੈ। ਗਿਆਨ ਰਾਹੁ ਜਬ ਸੇਜੇ ਆਵੇ ਤੋ ਨਾਨਕ ਭੋਗ ਕਰੇ ਹੀ, ਗਿਆਨ ਨੂੰ ਰਾਹੁ ਆਖਿਆ, ਪੁਰਸ਼ ਆਖਿਆ। ਅਗਰ ਗੌਰ ਨਾਲ ਦੇਖੀਏ ਤੋ ਤਰਕ ਪ੍ਰਧਾਨ ਹੈ ਪੁਰਸ਼ ਦੇ ਅੰਦਰ, ਭਾਵ ਪ੍ਰਧਾਨ ਹੈ, ਭਾਵਨਾ ਪ੍ਰਧਾਨ ਹੈ, ਸ਼ਰਧਾ ਪ੍ਰਧਾਨ ਹੈ ਇਸਤਰੀ ਦੇ ਅੰਦਰ। ਮਨ ਦਾ ਟਿਕਾਓ ਭਾਵ ਨਾਲ ਆਉਂਦਾ ਹੈ, ਮਨ ਨੂੰ ਸੂਝ ਬੂਝ ਗਿਆਨ ਨਾਲ ਮਿਲਦੀ ਹੈ, ਤਰਕ ਨਾਲ ਮਿਲਦੀ ਹੈ। ਤਰਕ ਇਸਤਰੀ ਦੇ ਅੰਦਰ ਅਧੂਰੀ ਹੈ, ਪੁਰਸ਼ ਅਧੂਰਾ ਹੈ। ਭਾਵਨਾ ਪੁਰਸ਼ ਦੇ ਅੰਦਰ ਅਧੂਰੀ ਹੈ, ਇਸਤਰੀ ਅਧੂਰੀ ਹੈ। ਅਸਥੂਲ ਜਗਤ 'ਤੇ ਜਦ ਇਹ ਅਧੂਰੇ ਨੇ, ਨਾਰੀ ਦੇ ਅੰਦਰ ਪੁਰਸ਼, ਪੁਰਸ਼ ਦੇ ਅੰਦਰ ਨਾਰੀ, ਤਾਂ ਸੂਖਸ਼ਮ ਦੁਨੀਆ ਵੀ ਅਧੂਰੀ ਹੈ। ਜਾਂ ਇੰਜ ਕਹਿ ਲਓ, ਗਿਆਨ ਤੋਂ ਹੀਣਾ ਹਿਰਦਾ ਹੈ ਨਾਰੀ ਦਾ, ਭਗਤੀ ਤੋਂ ਹੀਣਾ ਹਿਰਦਾ ਹੈ ਪੁਰਸ਼ ਦਾ। ਪੁਰਸ਼ ਦੇ ਅੰਦਰ ਅਗਰ ਭਾਵਨਾ ਹੈ, ਭਗਤੀ ਹੈ, ਤਾਂ ਅਧੂਰੀ।
ਇਸਤਰੀ ਦੇ ਅੰਦਰ ਅਗਰ ਗਿਆਨ ਹੈ, ਤਰਕ ਹੈ, ਤੋ ਅਧੂਰਾ। ਜਿੱਥੇ ਅਸਥੂਲ ਜਗਤ ਸੰਪੂਰਨ ਹੋਣ ਲਈ ਤੜਪਦਾ ਹੈ, ਉੱਥੇ ਸੂਖਸ਼ਮ ਦੁਨੀਆ ਵੀ ਆਪਣੇ ਤਲ 'ਤੇ ਬਹਿਬਲ ਆਉਂਦੀ ਹੈ। ਇਕੱਲੀ ਇਸਤਰੀ, ਇਕੱਲਾ ਪੁਰਸ਼ ਸੰਸਾਰ ਨਹੀਂ ਚਲਾ ਸਕੇਗਾ। ਪਰਿਵਾਰ ਦਾ ਚੱਲਣਾ ਹੀ ਸੰਸਾਰ ਦਾ ਚੱਲਣਾ ਹੈ। ਅਗਰ ਇਸਤਰੀ ਪੁਰਸ਼ ਨੂੰ ਅਲੱਗ ਕਰ ਦਈਏ, ਪਰਿਵਾਰ ਅਲੱਗ ਹੋ ਗਿਆ, ਇੱਕ ਦਿਨ ਸੰਸਾਰ ਅਲੱਗ ਹੋ ਜਾਏਗਾ। ਇਸ ਵਾਸਤੇ ਇਸਤਰੀ ਦੇ ਜਾਂ ਪੁਰਸ਼ ਦੇ ਤਿਆਗ ਦੇ ਉੱਤੇ ਜਿਹੜੇ ਧਰਮ ਖੜ੍ਹੇ ਸਨ, ਉਹ ਕੋਈ ਪਾਏਦਾਰ ਨਹੀਂ ਸਨ, ਜ਼ਿਆਦਾ ਚੱਲ ਵੀ ਨਹੀਂ ਸਕੇ ਔਰ ਉਹਨਾਂ ਨਾਲ ਜ਼ਿਆਦਾ ਜੁੜ ਵੀ ਨਹੀਂ ਸਕੇ। ਉਹ ਸਮੂਹਕ ਦਾ ਧਰਮ ਨਹੀਂ ਸੀ, ਸਾਰਿਆਂ ਦਾ ਧਰਮ ਨਹੀਂ ਸੀ, ਉਹ ਕੁਛ ਲੋਕਾਂ ਦਾ ਹੋ ਸਕਦਾ ਹੈ। ਜੈਸੇ ਮਹਾਤਮਾ ਬੁੱਧ ਅਤੇ ਸਵਾਮੀ ਮਹਾਵੀਰ ਤਿਆਗ 'ਤੇ ਖੜ੍ਹੇ ਨੇ, ਇਹ ਸਾਰਿਆਂ ਦਾ ਧਰਮ ਨਹੀਂ ਹੋ ਸਕਦਾ। ਸਾਰੇ ਹੀ ਤਿਆਗ ਕਰਦੇ ਨੇ ਇਸਤਰੀ ਦਾ, ਔਰ ਇਸਤਰੀ ਤਿਆਗ ਕਰਦੇ ਪੁਰਸ਼ ਦਾ, ਤਾਂ ਪਰਿਵਾਰ ਖਤਮ ਹੋਇਆ। ਅਤੇ ਜਦ ਪਰਿਵਾਰ ਖਤਮ ਹੋਇਆ ਹੈ, ਤਾਂ ਸੰਸਾਰ ਕਿਤਨੇ ਦਿਨ ਤੱਕ ਚੱਲੇਗਾ, ਇਹ ਸਮਾਜ ਕਿਤਨੇ ਦਿਨ ਤੱਕ ਚੱਲੇਗਾ? ਆਖਿਰ ਇਹ ਵਕਤੀ ਖੇਡ, ਸਭ ਕੁਛ ਖਤਮ ਹੋ ਜਾਏਗਾ। ਤਾਂ ਪ੍ਰਕਿਰਤੀ ਸੰਸਾਰ ਨੂੰ ਚਲਾਏ ਮਨ ਰੱਖਣਾ ਚਾਹੁੰਦੀ ਹੈ। ਇਹ ਤਾਂ ਹੀ ਚੱਲ ਸਕੇਗਾ ਪਰਿਵਾਰ ਚੱਲਣ। ਪਰਿਵਾਰ ਚੱਲ ਰਿਹਾ ਤਾਂ ਸੰਸਾਰ ਚੱਲੇਗਾ, ਔਰ ਪਰਿਵਾਰ ਚੱਲਦਾ ਹੈ ਇਸਤਰੀ ਅਤੇ ਪੁਰਸ਼ ਨਾਲ। ਪਤੀ ਪਤਨੀ ਦੇ ਸੁਮੇਲ ਤੋਂ ਹੀ ਨਾਨਕੇ ਦਾਦਕੇ ਸਹੁਰੇ ਜਨਮ ਲੈਂਦੇ ਨੇ। ਰਿਸ਼ਤਿਆਂ ਦੀ ਇਹ ਤਿੰਨ ਪ੍ਰਣਾਲੀਆਂ ਦਾ ਕੇਂਦਰ ਪਤੀ ਅਤੇ ਪਤਨੀ ਨੇ, ਇਹ ਰਿਸ਼ਤਾ ਟੁੱਟ ਜਾਏ ਨਾ ਨਾਨਕੇ, ਨਾ ਦਾਦਕੇ, ਨਾ ਸਹੁਰੇ। ਤੋ ਇਹ ਪਰਿਵਾਰਕ ਜੀਵਨ, ਸੰਸਾਰਿਕ ਜੀਵਨ ਇਸਤਰੀ ਅਤੇ ਪੁਰਸ਼ ਦੇ ਸੁਮੇਲ ਤੋਂ ਚੱਲਦਾ ਹੈ। ਇਸਤਰੀ ਦੇ ਅੰਦਰ ਜੋ ਸਥੂਲ ਤਲ 'ਤੇ ਅਧੂਰਾ ਪੁਰਸ਼ ਹੈ, ਵਿਵਾਹ ਦੇ ਨਾਲ ਉਸਦੀ ਸੰਪੂਰਨਤਾ ਹੋ ਜਾਂਦੀ ਹੈ। ਔਰ ਪੁਰਸ਼ ਦੇ ਅੰਦਰ ਜੋ ਅਧੂਰੀ ਇਸਤਰੀ ਅਸਥੂਲ ਤਲ 'ਤੇ ਨਿਕਾਹ, ਵਿਵਾਹ, ਆਨੰਦ ਕਾਰਜ ਇਸਨੂੰ ਸੰਪੂਰਨ ਕਰ ਦਿੰਦਾ ਹੈ, ਲੇਕਿਨ ਸੂਖਸ਼ਮ ਦੁਨੀਆ ਅਧੂਰੀ ਰਹਿੰਦੀ ਹੈ। ਭਾਵਨਾ ਤਾਂ ਹੈ, ਸ਼ਰਧਾ ਤਾਂ ਹੈ ਇਸਤਰੀ ਦੇ ਅੰਦਰ, ਲੇਕਿਨ ਤਰਕ ਨਹੀਂ ਹੈ, ਗਿਆਨ ਨਹੀਂ ਹੈ। ਤੋ ਗਿਆਨ ਤੋਂ ਬਿਨਾਂ ਤਾਂ ਭਾਵਨਾ ਅੰਧੀ ਹੁੰਦੀ ਹੈ, ਗਿਆਨ ਤੋਂ ਬਿਨਾਂ ਤਾਂ ਸ਼ਰਧਾ ਅੰਧੀ ਹੁੰਦੀ ਹੈ, ਔਰ ਸ਼ਰਧਾ ਤੋਂ ਬਿਨਾਂ ਗਿਆਨ ਲੰਗੜਾ ਹੁੰਦਾ ਹੈ। ਇੰਝ ਕਹਿ ਲਓ, ਪੁਰਸ਼ ਦਾ ਗਿਆਨ ਪਰਮਾਤਮਾ ਤੱਕ ਪਹੁੰਚਣ ਵਿੱਚ ਅਸਮਰਥ ਹੈ, ਕਿਉਂਕਿ ਭਾਵ ਨਹੀਂ ਹੈ, ਸ਼ਰਧਾ ਨਹੀਂ ਹੈ, ਲੰਗੜਾ ਹੈ। ਔਰ ਇਸਤਰੀ ਦੀ ਭਾਵਨਾ ਭਟਕੇਗੀ, ਸ਼ਰਧਾ ਭਟਕੇਗੀ, ਕਿਉਂ? ਗਿਆਨਹੀਣੀ ਹੈ, ਤਰਕਹੀਣੀ ਹੈ। ਅਸੀਂ ਦੇਖਦੇ ਹਾਂ, ਬਹੁਤਾ ਪਖੰਡ ਅਗਰ ਪੂਜਿਆ ਜਾ ਰਿਹਾ ਹੈ ਤਾਂ ਇਸਤਰੀ ਜਗਤ ਵਿੱਚ, ਅਗਰ ਸੱਚ ਵੀ ਠੁਕਰਾਇਆ ਜਾ ਰਿਹਾ ਹੈ ਤਾਂ ਪੁਰਸ਼ ਜਗਤ ਵਿੱਚ, ਕਿਉਂਕਿ ਤਰਕ ਹੈ, ਭਾਵ ਨਹੀਂ ਹੈ। ਔਰ ਇਸਤਰੀ ਕੋਲ ਭਾਵ ਹੈ, ਤਰਕ ਨਹੀਂ ਹੈ। ਇੱਕ ਗਾਥਾ ਹੈ ਕਿ ਇੱਕ ਕਸਬੇ ਨੂੰ, ਪਿੰਡ ਨੂੰ ਅੱਗ ਲੱਗੀ। ਸਾਰੇ ਤਾਂ ਆਪਣੀ ਜਾਨ ਬਚਾ ਕੇ ਕਸਬੇ 'ਚੋਂ ਨਿਕਲ ਗਏ, ਲੇਕਿਨ ਆਹਮਣੇ ਸਾਹਮਣੇ ਦੋ ਰਹਿਣ ਵਾਲੇ ਨਾ ਨਿਕਲ ਸਕੇ। ਇੱਕ ਦੇ ਕੋਲ ਪੈਰ ਨਹੀਂ ਸਨ, ਇੱਕ ਦੇ ਕੋਲ
ਅੱਖਾਂ ਨਹੀਂ ਸਨ, ਇੱਕ ਅੰਧਾ ਸੀ, ਇੱਕ ਪਿੰਗਲਾ ਸੀ। ਇਸ ਤਰ੍ਹਾਂ ਇਹ ਦੋਵੇਂ ਵਿਚਾਰੇ ਅੱਗ ਦੇ ਚੋਂ ਨਿਕਲਣ ਦੇ ਚ ਅਸਮਰਥ ਰਹਿ ਗਏ। ਅੰਧਾ ਟਟੋਲ ਟਟੋਲ ਕੇ ਬੂਹੇ ਤੱਕ ਪਹੁੰਚਿਆ ਹੈ ਔਰ ਇਹੀ ਹਾਲ ਪਿੰਗਲੇ ਦਾ ਸੀ, ਬੂਹੇ 'ਤੇ ਬੈਠਾ। ਪਰ ਇਸ ਪਿੰਗਲੇ ਨੇ ਅੱਖਾਂ ਨਾਲ ਵੇਖਿਆ ਅੰਧੇ ਨੂੰ ਔਰ ਆਵਾਜ਼ ਮਾਰ ਕੇ ਆਖਿਆ, ਮਿੱਤਰਾ ਮੈਂ ਤੇਰੇ ਪੈਰਾਂ ਦਾ ਇਸਤੇਮਾਲ ਕਰ ਲੈਂਦਾ, ਤੂੰ ਮੇਰੀ ਅੱਖਾਂ ਦੀ ਵਰਤੋਂ ਕਰ ਲੈ, ਆਪਾਂ ਇਸ ਅੱਗ ਤੋਂ ਨਿਕਲ ਸਕਦੇ ਹਾਂ। ਕਹਾਣੀ ਹੈ, ਅੰਧੇ ਦੀ ਪਿੱਠ 'ਤੇ ਇਹ ਪਿੰਗਲਾ ਬੈਠ ਗਿਆ, ਰਸਤਾ ਦੱਸਦਾ ਗਿਆ ਔਰ ਰਸਤੇ 'ਤੇ ਅੰਧਾ ਚੱਲਦਾ ਗਿਆ। ਇਸ ਤਰ੍ਹਾਂ ਦੋਵੇਂ ਅੱਗ ਦੇ 'ਚੋਂ ਨਿਕਲਣ ਦੇ ਸਫਲ ਹੋਏ। ਹਕੀਕਤ ਹੈ, ਸੰਸਾਰ ਦੀ ਅਗਨ ਦੁੱਖਾਂ ਦੇ 'ਚੋਂ ਨਿਕਲਣ ਦੇ 'ਚ ਇਸਤਰੀ ਪੁਰਸ਼ ਦਾ ਸਹੀ ਸੁਮੇਲ ਅੰਧੇ ਅਤੇ ਲੰਗੜੇ ਦਾ ਮੇਲ ਹੈ ਔਰ ਦੋਵੇਂ ਨਿਕਲ ਸਕਦੇ ਨੇ। ਅੰਧੇ ਨੂੰ ਪੈਰ ਮਿਲ ਜਾਣਗੇ ਔਰ ਲੰਗੜੇ ਨੂੰ ਪੈਰ ਮਿਲ ਜਾਣਗੇ, ਅੰਧੇ ਨੂੰ ਅੱਖਾਂ ਮਿਲ ਜਾਣਗੀਆਂ। ਹਕੀਕਤ ਹੈ, ਇਹ ਸੱਚਾਈ ਹੈ। ਪੈਰਾਂ ਦੀ ਸਾਰੀ ਗਤੀ ਕਿਸੇ ਹੱਦ ਤੱਕ ਦੋਹਾਂ ਦੇ ਸੁਮੇਲ ਤੋਂ ਹੋਵੇਗੀ ਔਰ ਸਾਰਾ ਦੇਖਣਾ ਦੋਹਾਂ ਦੇ ਸੁਮੇਲ ਤੋਂ ਹੋਵੇਗਾ। ਰੁਕ ਜਾਏਗਾ ਪਰਿਵਾਰ ਤਾਂ ਸੰਸਾਰ ਰੁਕ ਜਾਏਗਾ। ਇਹ ਦੋਵੇਂ ਰੁਕ ਗਏ ਤਾਂ ਜਗਤ ਰੁਕ ਜਾਏਗਾ, ਧਾਰਮਿਕ ਦੁਨੀਆ ਰੁਕ ਜਾਏਗੀ। ਅਗਰ ਭਾਵਨਾ ਨਾ ਰਹੀ, ਗਿਆਨ ਨਾ ਰਿਹਾ, ਪਰਿਵਾਰ ਟੁੱਟ ਜਾਏਗਾ। ਅਗਰ ਇਸਤਰੀ ਨਾ ਰਹੀ, ਪੁਰਸ਼ ਨਾ ਰਿਹਾ। ਜਿੱਥੇ ਸੁਭਾਵਿਕ ਇਹ ਗੁਣ ਹੈ ਇਸਤਰੀ ਦੇ ਅੰਦਰ, ਭਾਵਨਾ ਪ੍ਰਧਾਨ ਹੈ, ਸ਼ਰਧਾ ਪ੍ਰਧਾਨ ਹੈ, ਭਾਵਨਾ ਮਨ ਨੂੰ ਟਿਕਾਉਣ ਦੇ 'ਚ ਬੜੀ ਸਮਰੱਥ ਹੈ, ਪ੍ਰਬਲ ਹੈ। ਇਹੀ ਕਾਰਨ ਹੈ ਕਿ ਘਰ ਦੀ ਚਾਰ ਦੀਵਾਰੀ ਦੇ 'ਚ ਸਾਰੀ ਜ਼ਿੰਦਗੀ ਇਸਤਰੀ ਬੜੀ ਖੁਸ਼ੀ ਨਾਲ ਕੱਟ ਲੈਂਦੀ ਹੈ, ਕਿਉਂਕਿ ਟਿਕਾਓ ਹੈ। ਭਾਵਨਾ ਮਨ ਨੂੰ ਟਿਕਾ ਕੇ ਰੱਖਦੀ ਹੈ, ਸ਼ਰਧਾ ਮਨ ਨੂੰ ਟਿਕਾ ਕੇ ਰੱਖਦੀ ਹੈ। ਔਰ ਇੱਕ ਪੁਰਸ਼ ਇੱਕ ਦਿਨ ਵੀ ਪੂਰਾ ਘਰ ਦੇ 'ਚ ਨਹੀਂ ਬੈਠ ਸਕੇਗਾ। ਤਰਕ ਉਹਦੇ ਪੈਰਾਂ ਨੂੰ ਗਤੀ ਦਿੰਦਾ ਹੈ, ਭਟਕਾਉਂਦਾ ਹੈ, ਚੱਲ। ਇਸ ਵਾਸਤੇ ਕਹਿੰਦੇ ਨੇ, ਅਗਰ ਤਰਕ ਨਾ ਹੋਵੇ ਤਾਂ ਬਾਹਰ ਦੀ ਦੁਨੀਆ ਖਤਮ ਹੋਵੇਗੀ, ਅਗਰ ਭਾਵ ਨਾ ਹੋਵੇ ਤਾਂ ਘਰ ਦੀ ਦੁਨੀਆ ਖਤਮ ਹੋਵੇਗੀ। ਇਸ ਵਾਸਤੇ ਇਸਤਰੀ ਦੇ ਅੰਦਰ ਪਰਿਪੂਰਨ ਪਰਮਾਤਮਾ ਨੇ ਭਾਵਨਾ ਪ੍ਰਧਾਨ ਰੱਖੀਏ, ਸ਼ਰਧਾ ਪ੍ਰਵਾਨ ਪ੍ਰਧਾਨ ਰੱਖੀਏ। ਇਹ ਆਪਣੇ ਕੋਲ ਬੜਾ ਭਾਵਕ ਹਿਰਦਾ ਰੱਖਦੀ ਹੈ, ਪਰ ਪੁਰਸ਼ ਆਪਣੇ ਕੋਲ ਬੜੀ ਤਰਕਸ਼ੀਲ ਬੁੱਧ ਰੱਖਦਾ। ਪ੍ਰਬਲ ਭਾਵਨਾ ਕਰਕੇ ਘਰ ਵਸਿਆ ਰਹਿੰਦਾ ਔਰ ਪ੍ਰਬਲ ਤਰਕ ਕਰਕੇ ਬਾਹਰ ਦੀ ਦੁਨੀਆ ਫੈਲਦੀ ਜਾਂਦੀ ਹੈ, ਵੱਧਦੀ ਜਾਂਦੀ ਹੈ। ਲੇਕਿਨ ਕੁਛ ਸੁਭਾਵਿਕ ਔਗੁਣ ਵੀ ਹੈ ਇਸਤਰੀ ਦੇ ਅੰਦਰ, ਪੁਰਸ਼ ਦੇ ਅੰਦਰ। ਇਸਤਰੀ ਦੇ ਅੰਦਰ ਸੁਭਾਵਿਕ ਜੋ ਔਗੁਣ ਹੈ, ਬੜੀ ਪ੍ਰਬਲ ਈਰਸ਼ਾ ਹੈ।
ਇਸਤਰੀ ਦੀ ਇਸਤਰੀ ਨਾਲ ਬਹੁਤ ਪ੍ਰਬਲ ਈਰਸ਼ਾ, ਔਰ ਇਸ ਈਰਸ਼ਾ ਕਰਕੇ, ਈਰਖਾ ਕਰਕੇ, ਜੈਲਸੀ ਕਰਕੇ ਕਈ ਦਫ਼ਾ ਘਰ ਨਰਕ ਬਣਦਾ ਹੈ। ਦੇਖਣ ਦੇ ਆ ਹੈ ਬਹੁਤੇ ਘਰ ਮਰਦਾਂ ਕਰਕੇ ਨਹੀਂ ਟੁੱਟਦੇ, ਇਸਤਰੀ ਦੀ ਈਰਸ਼ਾ ਕਰਕੇ ਜੋ ਹੈ ਟੁੱਟ ਜਾਂਦੇ ਨੇ। ਇਸਤਰੀ ਦਾ ਇਸਤਰੀ ਨੂੰ ਬਰਦਾਸ਼ਤ ਕਰਨਾ ਬੜਾ ਕਠਿਨ ਹੋ ਜਾਂਦਾ, ਬਹੁਤ ਕਠਿਨ ਹੋ ਜਾਂਦਾ। ਸੱਸ ਅਤੇ ਨੂੰਹ ਦੇ ਰਾਣੀ ਅਤੇ ਜਠਾਣੀ ਭਰਜਾਈ ਅਤੇ ਨਿਨਾਹਣ ਮੁਸ਼ਕਿਲ ਹੈ ਇੱਕ ਦੂਸਰੇ ਨੂੰ ਸਹਿਣ ਕਰਨ, ਬਰਦਾਸ਼ਤ ਕਰਨ। ਯੂਰਪ ਦੀ ਦੁਨੀਆ ਅਤੇ ਸਾਰੇ ਪਰਿਵਾਰ ਟੁੱਟ ਗਏ ਨੇ, ਔਰ ਏਸ਼ੀਆ ਦੇ ਵਿੱਚ ਬਹੁਤੇ ਪਰਿਵਾਰ ਕਲ ਕਲੇਸ਼ ਦੇ ਦਲਦਲ ਦੇ ਵਿੱਚ ਫਸੇ ਹੋਏ ਨੇ ਇਸਤਰੀ ਦੀ ਈਰਸ਼ਾ ਕਰਕੇ। ਪਰ ਪੁਰਸ਼ ਦਾ ਤਰਕ ਫੈਲਾਓ ਇਸ ਦੇ ਅੰਦਰ ਬੜੇ ਪ੍ਰਬਲ ਹੰਕਾਰ ਨੂੰ ਜਨਮ ਦਿੰਦਾ ਹੈ। ਤੋ ਪੁਰਸ਼ ਦਾ ਜੋ ਬੁਨਿਆਦੀ ਔਗੁਣ ਹੈ ਅਹੰਕਾਰੀ ਹੈ, ਬਹੁਤ ਅਹੰਕਾਰੀ ਹੈ। ਪ੍ਰਬਲ ਅਹੰਕਾਰ ਕਰਕੇ ਇਸਦਾ ਵੀ ਘਰ ਦੇ ਵਿੱਚ ਕਲੇਸ਼ ਮਚਾਉਣਾ ਸੁਭਾਵਿਕ ਹੋ ਜਾਂਦਾ ਹੈ। ਹੰਕਾਰ ਅਤੇ ਜੈਲਸੀ, ਇਸਦਾ ਟਕਰਾਓ ਕਿਸੇ ਵਕਤ ਇਸਤਰੀ ਅਤੇ ਪੁਰਸ਼ ਦਾ ਟਕਰਾਓ ਹੋ ਜਾਂਦਾ ਹੈ, ਔਰ ਦੂਰੀਆਂ ਨੂੰ ਜੋ ਹੈ ਜਨਮ ਦਿੰਦਾ ਹੈ। ਲੇਕਿਨ ਫਿਰ ਵੀ ਅਗਰ ਦੋਵੇਂ ਸਤਸੰਗੀ ਹੋਵਨ, ਸਤਪੁਰਸ਼ਾਂ ਤੋਂ ਪ੍ਰੇਰਨਾ ਲੈਣ ਵਾਲੇ ਹੋਵਨ, ਤਾਂ ਫਿਰ ਦੋਵੇਂ ਆਪਣੇ ਗੁਣਾਂ ਦੀ ਸਹੀ ਵਰਤੋਂ ਕਰਕੇ ਪਰਿਵਾਰ ਨੂੰ ਸਵਰਗ ਬਣਾ ਸਕਦੇ ਨੇ, ਸੰਸਾਰ ਨੂੰ ਸਵਰਗ ਬਣਾ ਸਕਦੇ ਨੇ। ਪ੍ਰਾਚੀਨ ਜ਼ਮਾਨੇ ਤੋਂ ਲੈ ਕੇ ਹੁਣ ਤੱਕ ਧਾਰਮਿਕ ਜਗਤ ਦੇ ਵਿੱਚ ਸ਼ਾਇਦ ਕੁਛ ਇਹਨਾਂ ਹੀ ਕਮਜ਼ੋਰੀਆਂ ਕਰਕੇ ਇਸਤਰੀ ਨਿੰਦਣੀ ਰਹੀ ਹੈ, ਔਰ ਨਰਕ ਦੀ ਦੁਆਰੀ ਕਹਿੰਦੇ ਰਹੇ ਨੇ ਸਾਡੇ ਦੇਸ਼ ਦੇ ਆਦਰਸ਼ੀ। ਇਹ ਤਾਂ ਨਰਕ ਦੁਆਰੀ ਹੈ। ਇਸ ਵਾਸਤੇ ਸਨਾਤਨ ਮਤ ਦੇਸ਼ 'ਤੇ ਕਿਸੇ ਹੱਦ ਤੱਕ ਇਸ ਨੂੰ ਸ਼ੂਦਰ ਮੰਨਿਆ ਗਿਆ, ਇਹ ਜਨੇਊ ਪਹਿਨਣ ਦਾ ਅਧਿਕਾਰ ਨਹੀਂ ਰੱਖਦੀ, ਇਹਨੂੰ ਵੇਦ ਪਾਠ ਕਰਨ ਦਾ ਅਧਿਕਾਰ ਵੀ ਨਹੀਂ ਦਿੱਤਾ, ਔਰ ਇਸ ਨੂੰ ਐਸਾ ਮੰਨ ਲਿਆ ਹੈ ਇਹ ਬੁੱਧਹੀਨ ਹੈ, ਸ਼ੂਦਰ ਹੈ। ਹੈਰਾਨਗੀ ਦੀ ਗੱਲ ਹੈ, ਮਹਾਂਕਵੀ ਤੁਲਸੀ ਵੀ ਇਸ ਨੂੰ ਪਸ਼ੂਆਂ ਦੀ ਸ਼੍ਰੇਣੀ ਦੇ ਵਿੱਚ ਖੜ੍ਹਾ ਕਰਦੇ ਨੇ। ਢੋਰ ਗਵਾਰ ਸ਼ੂਦਰ ਪਸ਼ੂ ਨਾਰੀ, ਇਹ ਪਾਂਚੋਂ ਤਾੜਨ ਹਿਤਕਾਰੀ। ਜੇਸੇ ਸ਼ੂਦਰ ਨੂੰ, ਪਸ਼ੂ ਨੂੰ ਤਾੜਦੇ ਰਹੀਏ ਤਾਂ ਠੀਕ ਰਹਿੰਦੇ ਨੇ, ਇਸ ਤਰ੍ਹਾਂ ਸ਼ੂਦਰ ਨੂੰ ਅਤੇ ਪਸ਼ੂ ਨੂੰ ਜਿਵੇਂ ਤਾੜਦੇ ਹਾਂ ਉਸੇ ਤਰ੍ਹਾਂ ਇਸਤਰੀ ਨੂੰ ਤਾੜਦੇ ਰਹੀਏ ਤਾਂ ਉਹ ਠੀਕ ਰਹਿੰਦੀ ਹੈ। ਪਸ਼ੂਆਂ ਦੀ ਦੁਨੀਆ ਵਿੱਚ ਖੜ੍ਹਾ ਕੀਤਾ ਇਸ ਮਹਾਨ ਚਿੰਤਕ ਨੇ, ਇਸ ਮਹਾਨ ਕਵੀ ਨੇ, ਸਾਡੇ ਦੇਸ਼ ਦੇ ਪ੍ਰਾਚੀਨ ਰਿਸ਼ੀਆਂ ਨੇ, ਮੁਨੀਆਂ ਨੇ। ਇਹ ਘੋਰ ਨਰਕ ਦੀ ਦੁਆਰੀ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਗੁਰੂ ਘਰ ਦੇ ਵੇਦ ਵਿਆਸ ਫਰਮਾਨ ਕਰਦੇ ਨੇ, ਲੋਕ ਰੀਤ ਗੁਣ ਗਿਆਨ ਵਿੱਚ ਅਰਧ ਸਰੀਰੀ ਮੋਖ ਦੁਆਰੀ। ਇਹ ਤਾਂ ਮੋਕਸ਼ ਦੁਆਰੀ ਹੈ।
ਇਸ ਤੋਂ ਬਿਨਾਂ ਮੁਕਤੀ ਕਿੱਥੇ? ਹੈਰਾਨਗੀ, ਮੋਕਸ਼ ਦੁਆਰੀ ਕਿੱਥੇ? ਨਰਕ ਦੁਆਰੀ ਕਿਧਰੇ? ਮੋਕਸ਼ ਦੁਆਰੀ, ਜਿਨ੍ਹਾਂ ਨੇ ਨਰਕ ਦੁਆਰੀ ਆਖਿਆ ਉਹਨਾਂ ਕੋਲ ਸਭ ਤੋਂ ਵੱਡਾ ਤਰਕ ਇਹ ਸੀ ਕਿ ਇਸਤਰੀ ਨੂੰ ਅਸੀਂ ਕਿਧਰੇ ਵੀ ਅਵਤਾਰੀ ਦੁਨੀਆ ਵਿੱਚ ਨਹੀਂ ਦੇਖਦੇ। ਅੱਜ ਤੱਕ ਜਿਤਨੇ ਅਵਤਾਰ ਆਏ ਕਰੀਬਨ ਕਰੀਬਨ ਉਹ ਪੁਰਸ਼ ਤਨ ਧਾਰਨ ਕਰਕੇ ਆਏ। ਜੇ ਆਪਣੇ ਦੇਸ਼ ਦੇ ਪ੍ਰਾਚੀਨ ਸਿਰਮੋਹਰ ਅਵਤਾਰੀ ਪੁਰਸ਼ਾਂ ਨੂੰ ਦੇਖੀਏ, ਵਿਸ਼ਨੂੰ ਨੇ, ਸ਼੍ਰੀ ਰਾਮ ਨੇ, ਸ਼੍ਰੀ ਕ੍ਰਿਸ਼ਨ ਨੇ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ, ਬੜੇ ਬੜੇ ਭਗਤ ਨੇ, ਰਿਸ਼ੀ ਨੇ, ਮੁਨੀ ਨੇ, ਪੁਰਸ਼ ਰੂਪ ਦੇ ਚ ਨੇ। ਇਸਤਰੀਆਂ ਦੇ ਚ ਕੋਈ ਬਹੁਤ ਵੱਡੀ ਗ੍ਰੰਥਕਾਰ ਵੀ ਦੇਖਣ ਨੂੰ ਨਹੀਂ ਮਿਲੀ। ਸਾਹਿਤ ਤਰ੍ਹਾਂ ਤਰ੍ਹਾਂ ਦੀ ਕਲਾ ਦੇ ਜਨਮਦਾਤੇ ਵੀ ਪੁਰਸ਼, ਸੰਗਤਰਾਸ਼, ਚਿੱਤਰਕਾਰ, ਕਵੀ, ਦਾਰਸ਼ਨਿਕ, ਫਿਲੋਸਫਰ, ਚੋਟੀ ਦੇ ਸਾਇੰਟਿਸਟ, ਚੋਟੀ ਦੇ ਰਾਜਨੇਤਕ, ਹਰ ਦੁਨੀਆ ਵਿੱਚ ਹਰ ਪਾਸੇ ਅਸੀਂ ਪੁਰਸ਼ ਨੂੰ ਅਗਰਸਰ ਦੇਖਦੇ ਹਾਂ, ਅੱਗੇ ਦੇਖਦੇ ਹਾਂ। ਤਾਂ ਪੁਰਾਣੇ ਲੋਕਾਂ ਕੋਲ ਇਹ ਤਰਕ ਸੀ ਕਹਿਣ ਵਾਸਤੇ ਕਿ ਪਸ਼ੂ ਦਾ ਮਤਲਬ ਹੈ ਪਛੜਿਆ ਹੋਇਆ, ਅਤੇ ਚੂੰਕਿ ਇਸਤਰੀ ਵੀ ਪਛੜੀ ਹੋਈ ਹੈ, ਪਸ਼ੂ ਦਾ ਮਤਲਬ ਹੈ ਪਛੜਿਆ ਹੋਇਆ, ਪੁਰਸ਼ ਤੋਂ ਪਛੜੀ ਹੋਈ ਹੈ, ਪੁਰਸ਼ ਦੇ ਪਿੱਛੇ ਹੈ। ਇਸ ਵਾਸਤੇ ਆਦਿ ਕਾਲ ਤੋਂ ਐਸਾ ਵੀ ਰਿਹਾ ਕਿ ਇਸਤਰੀ ਪੁਰਸ਼ ਦੇ ਪਿੱਛੇ ਹੀ ਚੱਲੇ, ਕਿਉਂਕਿ ਇਹ ਪਛੜੀ ਹੋਈ ਹੈ, ਹਰ ਤਲ 'ਤੇ ਪਛੜੀ ਹੋਈ ਹੈ, ਹਰ ਪਕਸ਼ 'ਤੇ ਪਛੜੀ ਹੋਈ ਹੈ, ਪਿੱਛੇ ਜੋ ਹੈ ਚਲੇ। ਐਸਾ ਵੀ ਜ਼ਮਾਨਾ ਲੰਘਿਆ, ਦੌਰ ਲੰਘਿਆ, ਜਿੱਥੇ ਇਸਤਰੀ ਕੇਵਲ ਧਨ ਸੀ, ਘਰੇਲੂ ਸਾਜ਼ੋ ਸਮਾਨ ਦੀ ਤਰ੍ਹਾਂ, ਵਸਤੂਆਂ ਦੀ ਤਰ੍ਹਾਂ ਇਸਤਰੀ ਵੀ ਇੱਕ ਵਸਤੂ ਸੀ। ਜੈਸੇ ਕੋਈ ਧਨਵਾਨ ਗਿਣਿਆ ਜਾਂਦਾ ਸੀ, ਇਸਦੇ ਕੋਲ ਹਾਥੀ ਜ਼ਿਆਦਾ ਨੇ, ਘੋੜੇ ਜ਼ਿਆਦਾ ਨੇ, ਮਕਾਨ ਜ਼ਿਆਦਾ ਨੇ, ਜ਼ਮੀਨ ਜ਼ਿਆਦਾ ਹੈ, ਸੋਨਾ ਚਾਂਦੀ ਜ਼ਿਆਦਾ ਹੈ, ਤਾਂ ਧਨਵਾਨਾਂ ਦੀ ਗਿਣਤੀ ਵਿੱਚ ਉਹ ਵੀ ਆਉਂਦਾ ਸੀ ਇਸਦੇ ਕੋਲ ਇਸਤਰੀਆਂ ਜ਼ਿਆਦਾ ਨੇ, ਇਹਦੇ ਕੋਲ 400 ਇਸਤਰੀਆਂ ਨੇ, ਇਹਦੇ ਕੋਲ 600 ਇਸਤਰੀਆਂ ਨੇ, ਦੂਰ ਸਤਯੁਗ ਤ੍ਰੇਤੇ ਦੀ ਤਾਂ ਗੱਲ ਕੀ ਕਰਨੀ। ਇਸ ਦੌਰ ਵਿੱਚ ਵੀ ਐਸੇ ਨਵਾਬ ਮਹਾਰਾਜੇ ਹੋਏ ਨੇ, 400 ਰਾਣੀਆਂ ਔਰ 600 ਬੇਗਮਾਂ, ਔਰ ਇਹਨਾਂ ਦੀ ਆਮ ਜੋ ਹੈ ਚਰਚਾ, ਇਹ ਇੱਕ ਧਨ ਸੀ। ਕਿਸੇ ਹੱਦ ਤੱਕ ਐਸਾ ਦੌਰ ਵੀ ਲੰਘਿਆ ਚੀਨ ਵਿੱਚ ਇਸਤਰੀ ਨੂੰ ਪੁਰਸ਼ ਨੇ ਮਾਰ ਦਿੱਤਾ ਹੈ, ਤਾਂ ਇਹ ਜੁਰਮ ਵੀ ਨਹੀਂ ਸਮਝਿਆ ਜਾਂਦਾ ਸੀ। ਜੈਸੇ ਕੋਈ ਆਪਣੇ ਸੋਨੇ ਨੂੰ ਚਿੱਕੜ ਦੇ ਸੁੱਟ ਦੇਵੇ, ਜੈਸੇ ਕੋਈ ਆਪਣੇ ਘਰ ਨੂੰ ਆਪ ਹੀ ਅੱਗ ਲਾਵੇ, ਕੋਈ ਆਪਣੀ ਧਨ ਸੰਪਦਾ ਨੂੰ ਸਾੜ ਦੇਵੇ, ਤਾਂ ਆਪਣਾ ਧਨ ਸੀ, ਆਪ ਫੂਕਿਆ, ਕੋਈ ਜੁਰਮ ਨਹੀਂ। ਇਸਤਰੀ ਇੱਕ ਧਨ ਸੀ, ਖਤਮ ਕਰ ਦਿੱਤਾ ਹੈ, ਕੋਈ ਜੁਰਮ ਨਹੀਂ। ਐਸਾ ਦੌਰ ਵੀ ਲੰਘਿਆ, ਔਰ ਐਸੀ ਵੀ ਧਾਰਨਾਵਾਂ ਰਹੀਆਂ ਨੇ ਕਿ ਇਸਤਰੀ ਦੇ ਅੰਦਰ ਆਤਮਾ ਹੀ ਨਹੀਂ ਹੈ, ਚੇਤਨਾ ਹੀ ਨਹੀਂ ਹੈ। ਗਰਸ ਕੇ ਆਦਿ ਕਾਲ ਤੋਂ ਇਸਤਰੀ ਨੂੰ ਪਸ਼ੂ ਕਹਿਣ ਦਾ, ਪਛੜਿਆ ਹੋਇਆ ਕਹਿਣ ਦਾ ਤਰਕਸ਼ੀਲ ਲੋਕਾਂ ਕੋਲ ਜਿਹੜਾ ਤਰਕ ਸੀ ਉਹ ਇਹ ਹੈ ਕਿ ਇਹ ਕੋਈ ਬਹੁਤ ਵੱਡੀ ਗ੍ਰੰਥਕਾਰ ਨਹੀਂ ਬਣ ਸਕੇ, ਅਵਤਾਰੀ ਦੁਨੀਆ ਵਿੱਚ ਨਹੀਂ ਦਿਖਾਈ ਦਿੰਦੀ।
ਔਰ ਨਾ ਹੀ ਕੋਈ ਚੋਟੀ ਦੀ ਵਿਗਿਆਨ ਕਵਿਤਰੀ। ਸੰਗ ਤਰਾਸ਼ੀ ਸੰਗੀਤ ਕਲਾ ਦੀ ਦੁਨੀਆ ਵਿੱਚ, ਗਿਆਨ ਦੀ ਦੁਨੀਆ ਵਿੱਚ, ਸੁਧਾਰ ਦੀ ਦੁਨੀਆ ਵਿੱਚ, ਅਵਤਾਰ ਦੀ ਦੁਨੀਆ ਵਿੱਚ ਪੁਰਸ਼ ਹੀ ਪੁਰਸ਼ ਅੱਗੇ ਦਿਖਾਈ ਦੇ ਰਹੇ ਨੇ। ਇਸ ਵਾਸਤੇ ਇਸਤਰੀ ਦੇ ਪਛੜੇ ਹੋਣ ਦਾ ਇਹ ਸਭ ਤੋਂ ਵੱਡਾ ਸਬੂਤ ਹੈ। ਇਹ ਪਛੜੀ ਹੋਈ ਹੈ, ਇਹ ਪਛੜੀ ਹੋਈ ਹੈ। ਆਇਆ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਜ਼ਮਾਨਾ। ਆਪਨੇ ਇਸ ਤਰਕ ਨੂੰ ਬੜੇ ਸੋਹਣੇ ਢੰਗ ਨਾਲ ਜੁਠਲਾਇਆ, ਪਰੇ ਸੁੱਟਿਆ, ਇਹ ਗਲਤ ਹੈ, ਇਹ ਸਹੀ ਨਹੀਂ ਹੈ। ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਾਜਾ। ਬੜੀ ਕ੍ਰਾਂਤੀਕਾਰੀ ਪੰਕਤੀ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ। ਆਪ ਕਹਿ ਰਹੇ ਨੇ ਇਸਤਰੀ ਕਿਸ ਤਰ੍ਹਾਂ ਅਵਤਾਰ ਬਣਦੀ, ਉਸਦਾ ਸਮਾਂ ਉਸਦੀ ਸ਼ਕਤੀ 'ਤੇ ਅਵਤਾਰ ਨੂੰ ਜਨਮ ਦੇਣ ਵਿੱਚ ਲੱਗ ਗਈ। ਉਹ ਆਪ ਕਿਸ ਤਰ੍ਹਾਂ ਗ੍ਰੰਥਕਾਰ ਬਣਦੀ, ਉਸਦਾ ਸਮਾਂ ਉਸਦੀ ਸ਼ਕਤੀ 'ਤੇ ਕਿਸੇ ਗ੍ਰੰਥਕਾਰ ਨੂੰ ਜਨਮ ਦੇਣ ਵਿੱਚ ਲੱਗ ਗਈ। ਜਿਸੇ ਹਰ ਪੁਰਸ਼ ਅਵਤਾਰ ਨਹੀਂ ਆਉਂਦਾ, ਗ੍ਰੰਥਕਾਰ ਨਹੀਂ ਆਉਂਦਾ, ਸਾਇੰਟਿਸਟ ਨਹੀਂ ਆਉਂਦਾ, ਕਲਾਕਾਰ ਨਹੀਂ ਆਉਂਦਾ, ਹਰ ਇਸਤਰੀ ਕਲਾਕਾਰ ਨੂੰ, ਅਵਤਾਰ ਨੂੰ, ਸੰਤ ਨੂੰ ਜਨਮ ਦੇਣ ਵਾਲੀ ਵੀ ਨਹੀਂ ਆਉਂਦੀ। ਜੋ ਕਿਸੇ ਸੰਤ ਨੂੰ ਜਨਮ ਦੇ ਸਕੀਏ, ਵਾਕਈ ਉਸਦੀ ਕੁੱਖ ਐਸੀ ਹੀ ਸੀ, ਮਹਾਨ ਸੀ। ਜੋ ਕਿਸੇ ਅਵਤਾਰ ਨੂੰ ਜਨਮ ਦੇ ਸਕੀਏ ਔਰ ਅਵਤਾਰ ਨੇ ਕਿਸੇ ਐਸੀ ਇਸਤਰੀ ਦੀ ਕੁੱਖ ਚੁਣੀ ਹੈ, ਤਾਂ ਜਿਤਨਾ ਅਵਤਾਰ ਪੂਜਨੀਕ ਹੈ ਉਸਦੀ ਮਾਂ ਉਤਨੀ ਹੀ ਪੂਜਨੀਕ ਹੈ, ਜਿਤਨਾ ਸੰਤ ਪੂਜਨੀਕ ਹੈ ਉਸਦੀ ਮਾਂ ਉਤਨੀ ਹੀ ਪੂਜਨੀਕ ਹੈ, ਜਿਤਨਾ ਕੋਈ ਗ੍ਰੰਥਕਾਰ, ਚਿੱਤਰਕਾਰ ਜਾਂ ਵਿਗਿਆਨਿਕ ਪੂਜਨੀਕ ਹੈ ਉਤਨੀ ਹੀ ਉਸਨੂੰ ਜੋ ਹੈ ਜਨਮ ਦੇਣ ਵਾਲੀ ਜੋ ਹੈ ਪੂਜਨੀਕ ਹੈ, ਕਿਉਂਕਿ ਉਸਦਾ ਸਮਾਂ, ਉਸਦੀ ਸ਼ਕਤੀ ਗ੍ਰੰਥਕਾਰ ਨੂੰ ਜੋ ਹੈ ਜਨਮ ਦੇਣ ਦੇ ਜੋ ਹੈ ਲੱਗ ਗਈ। ਬਾਬਾ ਫਰੀਦ ਕਹਿੰਦੇ ਨੇ, ਤਿੰਨ ਧਨ ਜਣੇ ਦੀ ਮਾਓ ਆਏ ਸਫਲ ਸੇ, ਧਨਤਾ ਦੇ ਯੋਗ ਹੈ ਉਹ ਮਾਂ। ਜਿਸਨੇ ਕਿਸੇ ਐਸੇ ਪੁਰਸ਼ ਨੂੰ ਜਨਮ ਦਿੱਤਾ ਹੈ ਜਿਸਨੇ ਆਪਣੀ ਜੀਵਨ ਯਾਤਰਾ ਨੂੰ ਸਫਲ ਕੀਤਾ ਹੈ, ਜੋ ਫਕੀਰ ਸੀ, ਜੋ ਸੰਤ ਸੀ, ਜੋ ਅਵਤਾਰ ਸੀ, ਇਸ ਨੂੰ ਜਨਮ ਦਿੱਤਾ ਹੈ, ਪੂਜਣ ਯੋਗ ਹੈ ਉਹ ਮਾਂ, ਧਨਤਾ ਦੇ ਯੋਗ ਹੈ ਉਹ ਮਾਂ। ਤਾਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਸ ਤਰ੍ਹਾਂ ਇਸਤਰੀ ਨੂੰ ਪੁਰਸ਼ ਦੇ ਬਰਾਬਰ 'ਤੇ ਖੜਾ ਕਰ ਦਿੱਤਾ, ਅਵਤਾਰ ਦੀ ਬਰਾਬਰੀ 'ਤੇ ਅਵਤਾਰ ਦੀ ਮਾਂ ਨੂੰ ਖੜਾ ਕੀਤਾ, ਗ੍ਰੰਥਕਾਰ ਦੀ ਬਰਾਬਰੀ 'ਤੇ ਗ੍ਰੰਥਕਾਰ ਦੀ ਮਾਂ ਨੂੰ ਖੜਾ ਕੀਤਾ। ਔਰ ਐਲਾਨੀਆ ਕਿਹਾ, ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਾਜਾਨ। ਯਹੂਦੀਆਂ ਦੇ ਧਾਰਮਿਕ ਮੰਦਰ ਇਸਤਰੀ ਲਈ ਬੰਦ ਨੇ, ਇਸਲਾਮ ਦੀਆਂ ਮਸਜਿਦਾਂ ਇਸਤਰੀ ਲਈ ਬੰਦ ਨੇ, ਵੇਦ ਪਾਠ ਇਸਤਰੀ ਨਹੀਂ ਕਰ ਸਕਦੀ, ਜਨੇਊ ਇਸਤਰੀ ਜੋ ਹੈ ਨਹੀਂ ਪਹਿਨ ਸਕਦੀ। ਔਰ ਜੈਨ ਧਰਮ ਨੇ ਤਾਂ ਇੱਥੇ ਤੱਕ ਕਹਿ ਦਿੱਤਾ, ਇਸਤਰੀ ਸਰੀਰ ਵਿੱਚ, ਇਸਤਰੀ ਦੇ ਚੋਲੇ ਵਿੱਚ ਮੁਕਤੀ ਨਹੀਂ ਹੋ ਸਕਦੀ। ਇਸਤਰੀ ਨੂੰ ਇੱਕ ਜਨਮ ਅਤੇ ਪੁਰਸ਼ ਦਾ ਲੈ ਕੇ ਹੀ ਮੋਕਸ਼ ਗਤੀ ਨੂੰ ਪ੍ਰਾਪਤ ਕਰਨਾ ਹੋਵੇਗਾ। ਇਸਤਰੀ ਸਾਧਨਾ ਕਰੇ, ਜਪ ਤਪ ਕਰੇ, ਉਸਦਾ ਅਗਲਾ ਜਨਮ ਪੁਰਸ਼ ਦਾ ਹੋਵੇਗਾ, ਫਿਰ ਸਾਧਨਾ ਕਰੇ, ਤਾਂ ਸਾਧਨਾ ਦੀ ਸਫਲਤਾ ਨਾਲ ਉਸਨੂੰ ਮੁਕਤੀ ਮਿਲੇਗੀ। ਇਸਤਰੀ ਚੋਲੇ 'ਤੇ ਮੁਕਤੀ ਹੀ ਨਹੀਂ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ, ਇਸਤਰੀ
ਪੁਰਸ਼ ਨਾਲੋਂ ਬਹੁਤ ਛੇਤੀ ਮੁਕਤ ਹੋ ਸਕਦੀ ਹੈ, ਕਿਉਂਕਿ ਇਸ ਦੇ ਅੰਦਰ ਭਾਵਨਾ ਪ੍ਰਧਾਨ ਹੈ ਔਰ ਇਸ ਦੀ ਭਾਵਨਾ ਪ੍ਰਧਾਨ ਅਵਤਾਰਾਂ ਨੂੰ, ਗ੍ਰੰਥਕਾਰਾਂ ਨੂੰ, ਭਗਤਾਂ ਨੂੰ ਜਨਮ ਦਿੰਦੀ ਹੈ। ਇਹ ਮਹਾਨ ਹੈ, ਇਹ ਪੂਜਨੀਕ ਹੈ। ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਾਜਾ। ਹਮ ਜੋ ਕੁਛ ਕਰਦੇ ਰਹਿਆ ਉਹ ਗਲਤ ਕਰਦੇ ਰਹਿਆ, ਗਲਤ ਨੇ ਥਕਾਇਆ, ਗਲਤ ਕਰ ਕਰਕੇ ਟੁੱਟ ਗਏ। ਜਿਹਦੇ ਉੱਤੇ ਧਾਰਮਿਕ ਅਨੁਭਵੀ ਪੁਰਸ਼ ਕਹਿੰਦੇ ਨੇ ਘਰ ਦੇ ਚ ਅੰਧੇਰਾ ਸੀ ਤੇ ਪਤੀ ਪਤਨੀ ਨੇ ਸੋਚਿਆ ਕਿਵੇਂ ਕੱਢੀਏ। ਚਲੋ ਇਹਨੂੰ ਕਹਿੰਦੇ ਆ ਤੂੰ ਨਿਕਲ ਜਾ। ਦੋਵੇਂ ਉੱਚੀ ਉੱਚੀ ਆਵਾਜ਼ ਕਹਿਣ ਲੱਗੇ ਅੰਧੇਰੇ ਤੂੰ ਨਿਕਲ ਜਾ, ਸਾਡੇ ਘਰ ਨਿਕਲ ਜਾ। ਨਹੀਂ ਨਿਕਲਿਆ। ਪਤਨੀ ਕਹਿੰਦੀ ਡਾਂਗ ਚੁੱਕ ਲੋ, ਕੁੱਟੋ ਇਹਨੂੰ, ਮਾਰੋ, ਇਹ ਗੱਲਾਂ ਨਾਲ ਨਿਕਲਣ ਵਾਲਾ ਨਹੀਂ। ਦੋਹਾਂ ਨੇ ਡਾਂਗਾਂ ਚੁੱਕ ਲਈਆਂ, ਮਾਰਨ ਲੱਗੇ। ਮਾਰਦਿਆਂ ਮਾਰਦਿਆਂ ਹੱਥ ਥੱਕ ਗਏ, ਟੁੱਟ ਗਏ। ਉਹਨਾਂ ਦੀ ਛੋਟੀ ਲੜਕੀ ਕਹਿਣ ਲੱਗੀ ਬਾਪੂ ਇਹ ਸੋਟੀਆਂ ਨਾਲ ਨਹੀਂ ਨਿਕਲੇਗਾ, ਇਹ ਧੁਲਣ ਨਾਲ ਨਿਕਲੇਗਾ, ਧੁਲਾਈ ਕਰ ਦੇਣੇ ਆ। ਪਾਣੀ ਪਾਉਣ ਲੱਗੇ ਤੇ ਝਾੜੂ ਮਾਰਨ ਲੱਗੇ, ਚਲੋ ਇਹਨੂੰ ਇੰਜ ਬਾਹਰ ਕੱਢ ਦੇਣਾ। ਡੋਲ ਡੋਲ ਕੇ ਪਾਣੀ ਵੀ ਥੱਕ ਗਏ, ਝਾੜੂ ਦੇ ਦੇ ਕੇ ਵੀ ਥੱਕ ਗਏ, ਹਨੇਰਾ ਤੇ ਨਾ ਨਿਕਲੇ। ਡਾਂਗਾ ਮਾਰ ਮਾਰ ਕੇ ਵੀ ਥੱਕ ਗਏ, ਟੁੱਟ ਗਏ, ਅੰਧੇਰਾ ਤੇ ਨਾ ਨਿਕਲੇ। ਆਵਾਜ਼ਾਂ ਮਾਰ ਮਾਰ ਕੇ ਵੀ ਥੱਕ ਗਏ, ਗਲਾ ਪਾੜ ਪਾੜ ਕੇ ਵੀ ਥੱਕ ਗਏ, ਔਰ ਗਲਾ ਬੈਠ ਗਿਆ, ਅੰਧੇਰਾ ਤੇ ਨਾ ਨਿਕਲਿਆ। ਇੱਕ ਸੰਤ ਲੰਘੇ ਜਾ ਰਹੇ ਸਨ, ਉਹਨਾਂ ਨੇ ਇਹਨਾਂ ਦੇ ਘਰ ਵਿੱਚ ਅੱਧੀ ਰਾਤ ਨੂੰ ਹਰਕਤ ਦੇਖ ਕੇ ਪੁੱਛ ਲਿਆ ਕੀ ਕਰ ਰਹੇ ਹੋ, ਅੰਧੇਰੇ ਨੂੰ ਕੱਢ ਰਿਹਾ। ਕੱਢਦਿਆਂ ਕੱਢਦਿਆਂ ਥੱਕ ਗਿਆ, ਬੜਾ ਤਾਕਤਵਰ ਹੈ, ਬੜਾ ਸ਼ਕਤੀਸ਼ਾਲੀ ਹੈ, ਆਵਾਜ਼ਾਂ ਨਾਲ ਤੇ ਨਹੀਂ ਨਿਕਲਿਆ ਸੀ, ਡਾਂਗਾਂ ਮਾਰੀਆਂ ਇਹਨੂੰ, ਇਹ ਡਾਂਗਾਂ ਨਾਲ ਵੀ ਨਹੀਂ ਨਿਕਲੇ। ਬੜੀ ਧੁਲਾਈ ਕੀਤੀ ਹੈ, ਇਹਦੀ ਬੁਹਾਰੀ ਦਿੱਤੀ ਹੈ, ਇਹ ਉਦੋਂ ਵੀ ਨਹੀਂ ਨਿਕਲੇ, ਥੱਕ ਗਿਆ ਸੀ, ਟੁੱਟ ਗਿਆ ਸੀ। ਉਸ ਸੰਤ ਨੇ ਜੇਬ ਚੋਂ ਮੋਮਬੱਤੀ ਕੱਢੀ, ਇੰਜ ਜਲਾਈ, ਗਿਆ ਅੰਧੇਰਾ। ਇੰਨਾ ਸੌਖਾ ਕੰਮ, ਅੰਧੇਰਾ, ਨਾ ਡਾਂਗਾਂ ਮਾਰਨੀਆਂ ਪਈਆਂ, ਨਾ ਧੁਲਾਈ ਕਰਨੀ ਪਈ, ਨਾ ਉੱਚਾ ਉੱਚਾ ਕੂਕ ਕੇ ਆਖਣਾ ਪਿਆ ਨਿਕਲ ਜਾ ਨਿਕਲ ਜਾ, ਅੰਧੇਰਾ ਤੇ ਚਲਾ ਗਿਆ। ਮਹਾਰਾਜ ਦੀ ਬਾਣੀ ਕਹੀਏ ਦੀਵਾ ਬਲੇ ਅੰਧੇਰਾ ਜਾਏ, ਬੇਦ ਪਾਠ ਮਤ ਪਾਪਾਂ ਖਾ। ਜੈਸੇ ਦੀਵਾ ਜਲਾਈਏ ਤੇ ਅੰਧੇਰਾ ਚਲਾ ਜਾਂਦਾ ਹੈ, ਜਿਵੇਂ ਗਿਆਨ ਦਾ ਪਾਠ ਕਰੀਏ, ਪ੍ਰਮਾਤਮਾ ਦੇ ਉਹ ਬੋਲ ਜਿਹਦੇ ਚ ਪ੍ਰਮਾਤਮਾ ਦਾ ਨਾਮ ਹੈ, ਗਿਆਨ ਹੈ, ਦੋਹਰਾਈਏ, ਪਾਪ ਚਲੇ ਜਾਂਦੇ ਨੇ, ਦੁੱਖ ਚਲੇ ਜਾਂਦੇ ਨੇ। ਬੜੇ ਧਿਆਨ ਨਾਲ ਸੁਣ ਲਏ ਦੋ ਪੰਕਤੀਆਂ। ਦੀਵਾ ਬਲੇ ਅੰਧੇਰਾ ਜਾਏ, ਬੇਦ ਪਾਠ
ਮਤ ਪਾਪਾਂ ਖਾਏ। ਗਿਆਨ ਨਾਲ ਭਰੇ ਹੋਏ ਗ੍ਰੰਥਾਂ ਦਾ ਪਾਠ ਇਸ ਤਰ੍ਹਾਂ ਪਾਪ ਨੂੰ ਖਾ ਜਾਂਦਾ ਹੈ ਜਿਵੇਂ ਜਲਦਾ ਹੋਇਆ ਦੀਵਾ ਹਨੇਰੇ ਨੂੰ ਖਾ ਜਾਂਦਾ ਹੈ। ਤੁਸੀਂ ਆਖੋਗੇ ਪਾਠ ਤੇ ਅਸੀਂ ਬੜੇ ਕੀਤੇ ਨੇ, ਕਰਦੇ ਹਾਂ, ਖੇਡ ਤੇ ਨਹੀਂ ਬਣਦੇ, ਖੇਡ ਤੇ ਨਹੀਂ ਬਣਦੇ। ਇਹਦੇ ਚ ਦੱਸ ਦਿੱਤਾ ਹੈ ਇੱਕ ਸ਼ਬਦ ਲਿਵ ਲਾ, ਲਿਵ ਜੁੜ ਕੇ ਪਾਠ ਕਰੇ, ਸੁਰਤ ਨੂੰ ਜੋੜ ਕੇ ਪਾਠ ਕਰੇ ਤਾਂ ਜਾ ਕੇ ਖੇਡ ਜੋ ਹੈ ਬਣਦੀ ਹੈ। ਵੱਟ ਹੋਵੇ ਤੇਲ ਹੋਵੇ ਤਾਂ ਦੀਵਾ ਜਲਦਾ ਹੈ, ਨਿਰੀ ਵੱਟ ਹੈ ਤਾਂ ਵੀ ਨਹੀਂ ਜਲੇਗਾ, ਨਿਰਾ ਤੇਲ ਹੈ ਤਾਂ ਵੀ ਨਹੀਂ ਜਲੇਗਾ। ਦੋਵਾਂ ਦਾ ਸੰਯੋਗ ਚਾਹੀਦਾ ਹੈ, ਸ਼ਬਦ ਸੁਰਤ ਦਾ ਸੰਯੋਗ ਚਾਹੀਦਾ ਹੈ। ਕਿਸੇ ਦੇ ਚ ਜਨਮ ਲੱਗ ਜਾਂਦੇ ਨੇ ਤੇ ਬੜਾ ਸਮਾਂ ਲੱਗ ਜਾਂਦਾ ਹੈ, ਕਰਦੇ ਕਰਦਿਆਂ ਸਾਰੀ ਜ਼ਿੰਦਗੀ ਲੱਗ ਜਾਂਦੀ ਹੈ, ਖੇਡ ਤੇ ਇਤਨੀ ਹੈ। ਬੁੱਲਿਆ ਰੱਬ ਦਾ ਕੀ ਪਾਣਾ, ਇਧਰੋਂ ਪੁੱਟਣਾ ਇਧਰੋਂ ਲਾਣਾ। ਜਿਸ ਦਿਨ ਇਹ ਦੀਵਾ ਜਲ ਪੈਂਦਾ ਹੈ ਉਦੋਂ ਹਾਸੋਹੀਣੀ ਗੱਲ ਇੱਕ ਪ੍ਰਤੀਤ ਆਉਂਦੀ ਹੈ, ਐਵੇਂ ਸਮਾਂ ਅਜਾਈ ਗਵਾਇਆ, ਐਵੇਂ ਜ਼ਿੰਦਗੀ ਅਜਾਈ ਗਵਾਈ। ਇਹ ਤੇ ਇਤਨਾ ਸੌਖਾ ਕੰਮ ਸੀ, ਬੜੇ ਧਿਆਨ ਨਾਲ ਸੁਣਨਾ, ਜਿਤਨਾ ਸੌਖਾ ਕੰਮ ਹੈ ਪ੍ਰਮਾਤਮਾ ਨੂੰ ਪ੍ਰਾਪਤ ਕਰਨਾ, ਇਤਨਾ ਸੌਖਾ ਹੋਰ ਕੋਈ ਕੰਮ ਨਹੀਂ, ਤੇ ਜਿਤਨਾ ਔਖਾ ਹੈ ਪ੍ਰਮਾਤਮਾ ਨੂੰ ਪ੍ਰਾਪਤ ਕਰਨਾ, ਇਤਨਾ ਔਖਾ ਵੀ ਹੋਰ ਕੋਈ ਨਹੀਂ। ਦੋਵੇਂ ਗੱਲਾਂ, ਦੋਵਾਂ ਗੱਲਾਂ ਜਦ ਤੱਕ ਸਮਝ ਨਹੀਂ, ਵਿੰਦ ਨਹੀਂ, ਜਾਣਨਾ ਨਹੀਂ, ਬ੍ਰਹਮ ਬਿੰਦੇ, ਜਿੰਨੇ ਚਿਰ ਤੱਕ ਬ੍ਰਹਮ ਦਾ ਬਿੰਦ ਨਹੀਂ ਹੈ, ਜਾਣਨਾ ਨਹੀਂ ਹੈ, ਸਮਝ ਨਹੀਂ ਹੈ, ਬਹੁਤ ਔਖਾ ਹੈ, ਬਹੁਤ ਔਖਾ, ਬਹੁਤ ਔਖਾ। ਗਲਤੀ ਤੇ ਗਲਤੀ ਕਰੀ ਜਾਏਗਾ, ਕਿਉਂ ਸਮਝ ਨਹੀਂ ਹੈ। ਬੁਲਾਵੜੇ ਭੁੱਲੀ ਭੁੱਲ ਭੁੱਲ ਪੱਛੋ ਤਾਣੀ, ਭੁੱਲਾਂ ਕਰਦਾ ਜਾਏਗਾ, ਭੁੱਲਾਂ ਕਰਦਾ ਜਾਏਗਾ, ਭੁੱਲਾਂ ਮਨੁੱਖ ਕਰਦਾ ਹੈ, ਗਲਤੀਆਂ ਮਨੁੱਖ ਕਰਦਾ ਹੈ, ਸਮਾਜ ਦੇ ਨਾਂ ਤੇ, ਰਾਜਨੀਤੀ ਦੇ ਨਾਂ ਤੇ, ਧਰਮ ਦੇ ਨਾਂ ਤੇ ਗਲਤੀਆਂ ਤੇ ਚੱਲ ਰਹੀਆਂ ਨੇ। ਇਹਨੂੰ ਇੰਜ ਕਹਿ ਲਓ, ਰਾਜਨੈਤਿਕ ਗਲਤੀਆਂ, ਸਮਾਜਿਕ ਗਲਤੀਆਂ ਤੇ ਧਾਰਮਿਕ ਗਲਤੀਆਂ ਰੱਜ ਕੇ ਹੋ ਰਹੀਆਂ ਨੇ, ਧਰਮ ਦੀ ਦੁਨੀਆਂ ਚ ਗਲਤੀਆਂ ਹੀ ਗਲਤੀਆਂ। ਹੁਣ ਇਹਨਾਂ ਗਲਤੀਆਂ ਦੀ ਛਾਣ ਬੀਣ ਕਰੀਏ, ਕਿਤਨੇ ਗਲਤ ਕਰਮ ਹਰ ਮਜ਼ਹਬ ਦੇ ਚੱਲ ਰਹੇ ਨੇ, ਫਜ਼ੂਲ ਚੱਲ ਰਹੇ, ਨਿਕੰਮਾ ਬਹੁਤ ਚੱਲ ਰਹੇ ਨੇ, ਡਾਂਗਾ ਮਾਰੀਆਂ ਜਾ ਰਹੀਆਂ ਨੇ ਹਨੇਰੇ, ਆਵਾਜ਼ਾਂ ਮਾਰ ਕੇ ਕੱਢਣ ਦਾ ਯਤਨ ਕੀਤਾ ਜਾ ਰਿਹਾ ਹਨੇਰੇ ਨੂੰ, ਧੁਲਾਈ ਕੀਤੀ ਜਾ ਰਹੀ ਹੈ ਹਨੇਰੇ ਨੂੰ, ਧੁੱਲਦਾ ਨਹੀਂ, ਥੱਕਦੇ ਨੇ, ਟੁੱਟਦੇ ਨੇ, ਫਿਰ ਕਹਿ ਦਿੰਦੇ ਨੇ ਸਾਡੇ ਵੱਸ ਦੀ ਗੱਲ ਨਹੀਂ ਹਨੇਰੇ ਨੂੰ ਕੱਢਣਾ, ਅਸੀਂ ਤੇ ਥੱਕ ਗਏ, ਅਸੀਂ ਤੇ ਥੱਕ ਗਏ, ਧਰਮ ਦੀ ਦੁਨੀਆਂ ਚ ਇਹੀ ਕਹਿੰਦੇ, ਕਰ ਕਰਕੇ ਤੇ ਥੱਕ ਗਏ। ਹੁਣ ਇਹ ਦੋਵੇਂ ਸ਼ਬਦ ਮੈਂ ਇਕੱਠੇ ਕਹਿ ਦਿਆਂ, ਜਿਤਨਾ ਸੌਖਾ ਹੈ ਪ੍ਰਮਾਤਮਾ ਨੂੰ ਪ੍ਰਾਪਤ ਕਰਨਾ ਰੂਹੇ ਜ਼ਮੀਨ ਤੇ, ਇਤਨਾ ਸੌਖਾ ਕੋਈ ਕੰਮ ਨਹੀਂ ਹੈ। ਕੋਈ ਵੀ ਚੀਜ਼ ਇੱਕ ਸੈਕਿੰਡ ਵਿੱਚ ਨਹੀਂ ਮਿਲ ਸਕਦੀ। ਇੱਕ ਬਹੁਤ ਵੱਡਾ ਮਕਾਨ ਬਣਾਉਣਾ ਹੈ, ਇੱਕ ਸੈਕਿੰਡ ਵਿੱਚ ਬਣ ਸਕਦਾ ਹੈ? ਇੰਜੀਨੀਅਰ ਬਣਨਾ ਹੈ, ਵਕੀਲ ਬਣਨਾ ਹੈ,
ਡਾਕਟਰ ਬਣਨਾ ਹੈ ਇੱਕ ਸੈਕਿੰਡ ਦੇ ਚ ਮੈਂ ਬਣ ਸਕਦਾ। 18-20 ਸਾਲ ਪੜ੍ਹਾਈ ਤੇ ਕਰਨੇ ਪੈ ਗਏ, ਪ੍ਰਾਇਮਰੀ ਸਕੂਲ, ਹਾਈ ਸਕੂਲ, ਫਿਰ ਕਾਲਜ, ਫਿਰ ਮੈਡੀਕਲ ਕਾਲਜ, ਉੱਥੇ ਪੜ੍ਹਾ। ਜ਼ਿੰਦਗੀ ਦਾ ਬਹੁਤ ਸਾਰਾ ਸਮਾਂ ਲਾਣਾ ਪਏਗਾ, ਤਾਂ ਕਿਧਰੇ ਮੈਂ ਇੰਜੀਨੀਅਰ ਬਣਾਂਗਾ, ਡਾਕਟਰ ਬਣਾਂਗਾ। ਬਹੁਤ ਵੱਡੀ ਲੰਬੀ ਯਾਤਰਾ ਇੱਕ ਸੈਕਿੰਡ ਦੇ ਚ ਹੋ ਸਕਦੀ ਹੈ, ਭਾਵੇਂ ਆਵਾਜ਼ ਤੋਂ ਵੀ ਤਿੱਖੇ ਹੈ, ਹਵਾਈ ਜਹਾਜ਼ ਬਣ ਚੁੱਕੇ ਨੇ, ਪਰ ਫਿਰ ਵੀ ਇੱਥੋਂ ਨਿਊਯਾਰਕ ਜਾਣਾ ਹੋਵੇ 24 ਘੰਟੇ 30 ਘੰਟੇ ਤੇ ਲੱਗਦੇ ਹੀ, ਭਾਵੇਂ ਹਵਾਈ ਜਹਾਜ਼। ਇੱਕ ਸੈਕਿੰਡ ਦੇ ਚ ਲੰਬੀ ਯਾਤਰਾ ਨਹੀਂ ਹੋ ਸਕਦੀ। ਇੱਕ ਸੈਕਿੰਡ ਦੇ ਚ ਮੈਂ ਕੋਈ ਬਹੁਤ ਵੱਡਾ ਮਕਾਨ ਨਹੀਂ ਬਣਾ ਸਕਦਾ। ਇੱਕ ਸੈਕਿੰਡ ਦੇ ਚ ਮੈਂ ਕੋਈ ਬਹੁਤ ਵੱਡਾ ਕਾਰੋਬਾਰ ਨਹੀਂ ਖੋਲ ਸਕਦਾ। ਇੱਕ ਸੈਕਿੰਡ ਦੇ ਚ ਕੋਈ ਮੈਂ ਬਹੁਤ ਮਹਾਨ ਵੱਡੀ ਵਿਦਿਆ ਹਾਸਲ ਨਹੀਂ ਕਰ ਸਕਦਾ। ਇੱਕ ਸੈਕਿੰਡ ਦੇ ਚ ਮੈਂ ਪਰਮਾਤਮਾ ਨੂੰ ਪ੍ਰਾਪਤ ਕਰ ਸਕਦਾ, ਪਰਮਾਤਮਾ ਇੱਕ ਸੈਕਿੰਡ ਦੇ ਚ, ਇੱਕ ਸੈਕਿੰਡ, ਇੱਕ ਜੈ ਇੱਕ ਛਿੰਨ ਤੇ ਆਇਓ। ਛਿੱਤ ਇੱਕ ਹੋ ਗਿਆ, ਦੁਫਾੜ ਨਹੀਂ ਹੈ। ਦੁਫਾੜ ਦਾ ਮਤਲਬ ਹੈ ਭੂਤਕਾਲ ਦੀਆਂ ਯਾਦਾਂ ਚ ਹੈ, ਭਵਿਸ਼ ਦੀ ਚਿੰਤਾ ਚ ਨਾ। ਭੂਤਕਾਲ ਦੀਆਂ ਯਾਦਾਂ ਨਾ ਭਵਿਸ਼ ਦੀਆਂ ਚਿੰਤਾ, ਮਨ ਇੱਕ ਹੋ ਗਿਆ। ਇੱਕ ਸ਼ਬਦ ਲਿਵਲਾ ਹੈ, ਪ੍ਰਾਪਤੀ ਇੱਕ ਸੈਕਿੰਡ ਦੇ ਚ ਹੋ ਜਾਂਦੀ। ਹੁਣ ਤੁਸੀਂ ਦੱਸੋ, ਮਹਾ ਆਨੰਦ, ਮਹਾ ਸ਼ਕਤੀ, ਮਹਾ ਰਸ, ਜੀਵਨ ਦਾ ਸਾਰ ਇੱਕ ਸੈਕਿੰਡ ਦੇ ਚ ਪ੍ਰਾਪਤ ਹੁੰਦਾ ਹੈ, ਇੱਕ ਸੈਕਿੰਡ ਦੇ ਚ। ਮਨ ਸਮੇਂ ਦੇ ਚ ਭਟਕਦਾ ਰਹਿੰਦਾ ਹੈ, ਕਾਲ ਦੇ ਚ ਭਟਕਦਾ ਰਹਿੰਦਾ ਹੈ, ਪਤਾ ਨੀ ਕਿਤਨੇ ਜਨਮਾਂ ਤੋਂ ਭਟਕ ਰਿਹਾ ਹੈ, ਔਰ ਉੱਕੀ ਨਹੀਂ ਟਿਕਦਾ। ਨਾ ਪਾਠ ਕਰਦਿਆਂ ਟਿਕਦਾ ਹੈ, ਨਾ ਸਤਸੰਗ ਦੇ ਚ ਟਿਕਦਾ ਹੈ, ਨਾ ਦੁਕਾਨ ਤੇ ਟਿਕਦਾ ਹੈ, ਨਾ ਪਰਿਵਾਰ ਦੇ। ਹਰ ਵਕਤ ਦੁਫਾੜ ਆਉਂਦਾ ਹੈ, ਹਰ ਵਕਤ ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ ਚਲਾ ਜਾਂਦਾ ਹੈ, ਆਉਣ ਵਾਲੇ ਸਮੇਂ ਦੀ ਚਿੰਤਾ ਚਲਾ ਜਾਂਦਾ ਹੈ। ਮੱਥਾ ਦੱਸ ਦਿੰਦਾ ਹੈ ਹੁਣ ਇਹ ਚਿੰਤਾ ਕਰ ਰਿਹਾ ਹੈ, ਭਵਿਸ਼ ਦੇ ਚਲਾ ਗਿਆ ਹੈ। ਮਸਤਕ ਦੱਸ ਦਿੰਦਾ ਹੈ ਹੁਣ ਭੂਤਕਾਲ ਦੀਆਂ ਯਾਦਾਂ ਵਿੱਚ। ਚਲੋ ਇਹਦਾ ਵੀ ਥੋੜਾ ਖੁਲਾਸਾ ਮੈਂ ਰੱਖਦੇ ਹਾਂ। ਯਾਦਾਂ ਵਿੱਚ ਕੀ ਆਉਂਦਾ ਹੈ, ਕੀ ਆਉਂਦਾ ਹੈ, ਕਿਉਂ ਭੂਤਕਾਲ ਦੀਆਂ ਯਾਦਾਂ ਚਲਾ ਜਾਂਦਾ? ਗੁਜ਼ਰੇ ਹੋਏ ਸਮੇਂ ਵਿੱਚ ਕੁਛ ਮਿਲਿਆ ਸੀ, ਕੁਛ ਮਨ ਭਾਉਂਦਾ ਮਿਲਿਆ ਸੀ, ਜੋ ਮਨ ਨੇ ਚਾਹਿਆ ਸੀ ਮਿਲ ਗਿਆ ਸੀ, ਬੜੀ ਖੁਸ਼ੀ ਹੋਈ, ਬੜੀ ਖੁਸ਼ੀ ਹੋਈ। ਯਾਦ ਆਉਂਦੀ ਹੈ, ਫਿਰ ਵਿਛੜ ਗਿਆ। ਜਗਤ ਵਿੱਚ ਐਸਾ ਕੁਛ ਵੀ ਨਹੀਂ ਜੋ ਮਿਲ ਕੇ ਨਾ ਵਿਛੜੇ। ਮਿਲਦੀ ਹੈ ਜਵਾਨੀ, ਚਲੀ ਜਾਂਦੀ ਹੈ, ਮਿਲਦਾ ਹੈ ਜੀਵਨ, ਚਲਾ ਜਾਂਦਾ ਹੈ, ਤਾਂ ਬਾਕੀ ਕੀ ਹਮੇਸ਼ਾ ਰਵੇਗਾ? ਮਿਲਿਆ ਹੈ ਜੀਵਨ, ਚਲਾ ਜਾਏਗਾ, ਮਿਲੀ ਜਵਾਨੀ, ਚਲੀ ਜਾਏਗੀ। ਇਸ ਵਾਸਤੇ ਧਰਮ ਕਹਿੰਦਾ ਹੈ ਕੋਈ ਮਿਲੇ ਨੇ ਸੁੱਖ ਚਲੇ ਜਾਣਗੇ, ਨਹੀਂ ਰਹਿਣਗੇ। ਹੋਇਆ ਇਹ ਦਿਨ
ਨਹੀਂ ਰਹੇਗਾ, ਰਾਤ ਆ ਜਾਏਗਾ। ਹੋਈ ਹੈ ਰਾਤ ਨਹੀਂ ਰਹੇਗੀ, ਦਿਨ ਹੋ ਜਾਏਗਾ। ਜੀਵਨ ਭਰ ਸੁਖ ਦੁੱਖ ਦੇ ਚ ਬਦਲਦੇ ਰਹਿਣਗੇ, ਦੁੱਖ ਸੁੱਖ ਦੇ ਚ ਬਦਲਦਾ ਰਹਿਣਾ ਜੀਵਨ ਭਰ। ਦੁੱਖ ਸੁੱਖ ਦੇ ਚ ਬਦਲ ਜਾਏ ਮਨੁੱਖ ਦੀ ਚਾਹਤ ਹੈ, ਸੁੱਖ ਦੁੱਖ ਦੇ ਚ ਨਾ ਬਦਲੇ ਇਹ ਮਨੁੱਖ ਦੀ ਮੰਗ ਨਹੀਂ। ਰਾਤ ਦਿਨ ਦੇ ਚ ਬਦਲ ਜਾਏ ਇਹ ਤੇ ਮੰਗ ਹੈ, ਪਰ ਦਿਨ ਰਾਤ ਦੇ ਚ ਨਾ ਬਦਲੇ ਇਹ ਕਿਸ ਤਰ੍ਹਾਂ ਹੋ ਸਕਦਾ? ਇੱਕ ਦੇ ਤੂੰ ਤਬਦੀਲੀ ਚਾਹੁੰਦਾ, ਦੂਜੇ ਚ ਨਹੀਂ ਚਾਹੁੰਦਾ। ਮੌਸਮੇ ਬਹਾਰ ਹੈ ਫਿਰ ਮੌਸਮੇ ਫਿਜ਼ਾਂ ਹੈ, ਪਤਝੜ ਦੀ ਰੁੱਤ ਹੈ, ਦਿਨ ਹੈ ਰਾਤ ਹੈ। ਭੂਤ ਕਾਲ ਦੀਆਂ ਯਾਦਾਂ ਇਹਦੇ ਚ ਦੁੱਖ ਸੁੱਖ ਦੀਆਂ ਯਾਦਾਂ ਨੇ, ਹੋਰ ਕੁਛ ਨਹੀਂ। ਕੁਛ ਮਿਲਿਆ ਸੀ ਮਨ ਭਾਵਦਾ, ਬੜਾ ਮਨ ਖੁਸ਼ ਹੋਇਆ ਸੀ ਯਾਦਾਂ, ਫਿਰ ਵਿਛੜ ਗਿਆ। ਕੁਛ ਵੀ ਵਿਛੜ ਗਿਆ, ਸੱਜਣ ਵਿਛੜ ਗਿਆ, ਮਿੱਤਰ ਵਿਛੜ ਗਿਆ, ਧਨ ਸੰਪਦਾ ਚਲੀ ਗਈ, ਮਾਣ ਮਰਿਆਦਾ ਚਲੀ ਗਈ, ਇੱਜ਼ਤ ਚਲੀ ਗਈ, ਪ੍ਰਤਿਸ਼ਠਾ ਚਲੀ ਗਈ, ਪ੍ਰਭਤਾ ਚਲੀ ਗਈ। ਮੈਂ ਅਰਜ਼ ਕਰਾਂ ਕੁਛ ਵੀ ਮਿਲਿਆ ਮਨੁੱਖ ਨੂੰ ਇਹ ਨਹੀਂ ਸਮਝਣਾ ਚਾਹੀਦਾ ਹਮੇਸ਼ਾ ਹੋਵੇਗਾ, ਨਹੀਂ। ਜੋ ਸਮੇਂ ਵਿੱਚ ਮਿਲਿਆ ਸਮਾਂ ਖੋ ਲਵੇਗਾ। ਜੋ ਇਸ ਤਰ੍ਹਾਂ ਜਾਣਦਾ ਹੈ ਉਹ ਸੰਸਾਰ ਨੂੰ ਜਾਣਦਾ ਹੈ, ਔਰ ਪਹਿਲਾ ਕਦਮ ਹੈ ਸੰਸਾਰ ਨੂੰ ਜਾਣਨਾ, ਇਹ ਸੰਸਾਰ ਦਾ ਨਿਯਮ ਹੈ। ਸਮੇਂ ਵਿੱਚ ਜੋ ਮਿਲਦਾ ਹੈ ਸਮਾਂ ਖੋ ਲੈਂਦਾ, ਸਦਾ ਨਹੀਂ ਰਹਿਣ ਦੇਣਾ, ਨਹੀਂ ਰਹਿਣ ਦੇਣਾ। ਮਨ ਚਲਾ ਜਾਂਦਾ ਹੈ ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ ਵਿੱਚ, ਕੁਝ ਮਿਲਿਆ ਸੀ ਖੁਸ਼ੀ ਯਾਦ ਆਉਂਦੀ ਹੈ, ਫਿਰ ਖੋ ਗਿਆ ਗਮ ਯਾਦ ਆਉਂਦਾ, ਦੁੱਖ ਯਾਦ ਆਉਂਦਾ। ਯਾਦਾਂ ਵਿੱਚ ਕੀ ਆਉਂਦਾ ਹੈ? ਦਿਨ ਤੇ ਰਾਤ। ਯਾਦਾਂ ਵਿੱਚ ਕੀ ਆਉਂਦਾ ਹੈ? ਦੁੱਖ ਤੇ ਸੁੱਖ। ਹੋਰ ਕੀ ਆਉਂਦਾ ਹੈ? ਹੋਰ ਕਿਸ ਨੂੰ ਯਾਦ ਕਰਦੇ ਹੋ? ਸਾਰੀ ਦੁਨੀਆਂ ਸੁੱਖਾਂ ਨੂੰ ਯਾਦ ਕਰਦੀ ਹੈ, ਦੁੱਖਾਂ ਨੂੰ ਯਾਦ ਕਰ, ਦੁੱਖ ਵੀ ਯਾਦ ਆਉਂਦੇ। ਬਲਕਿ ਕੁਛ ਮਨੋ ਚਿੰਤਕ ਤੇ ਐਸਾ ਕਹਿੰਦੇ ਨੇ ਸੁੱਖਾਂ ਨਾਲੋਂ ਵੀ ਦੁੱਖ ਜ਼ਿਆਦਾ ਯਾਦ ਆਉਂਦੇ ਨੇ, ਮਿੱਤਰ ਨਾਲੋਂ ਵੀ ਦੁਸ਼ਮਣ ਜ਼ਿਆਦਾ ਯਾਦ ਆਉਂਦਾ। ਮੇਰੇ ਨਾਲ ਇੱਕ ਸੱਜਣ ਸਨ, ਉਹ ਬਾਰ ਬਾਰ ਆਪਣੇ ਇੱਕ ਦੁਸ਼ਮਣ ਦੀ ਗੱਲ ਕਰਨ, ਇੱਧਰ ਉੱਧਰ ਵੱਲ ਛੱਲ ਕਰਕੇ ਗੱਲ ਕਰਕੇ ਫਿਰ ਉਹਦੀ ਲਿਆ। ਪੰਜ ਸੱਤ ਦਿਨ ਇਸ ਤਰ੍ਹਾਂ ਹੋਇਆ, ਮੈਂ ਕਿਹਾ ਤੁਹਾਡੇ ਕੋਈ ਮਿੱਤਰ ਵੀ ਆਉਣਗੇ, ਮਿੱਤਰ ਦੀ ਗੱਲ ਨਹੀਂ ਕਰਦੇ, ਥੋੜੀ ਬਹੁਤ ਕਰਦੇ, ਫਿਰ ਦੁਸ਼ਮਣ ਦੀ ਗੱਲ, ਫਿਰ ਦੁਸ਼ਮਣ ਦੀ ਗੱਲ। ਬਾਰ ਬਾਰ ਜੋ ਮਨ ਨੂੰ ਚਿੰਤਕ ਕਹਿੰਦੇ ਨੇ ਇਹਦਾ ਮੈਂ ਪ੍ਰਤੱਖ ਰੂਪ ਦੇਖਿਆ, ਇਤਨਾ ਸੁੱਖ ਯਾਦ ਨਹੀਂ ਆਉਂਦਾ ਜਿਤਨੇ ਦੁੱਖ ਯਾਦ ਆਉਂਦੇ, ਇਤਨਾ ਮਿੱਤਰ ਯਾਦ ਨਹੀਂ ਆਉਂਦਾ ਜਿਤਨਾ ਦੁਸ਼ਮਣ ਯਾਦ ਆਉਂਦਾ। ਕਾਰਨ, ਦੁੱਖ ਚੋਟ ਬਹੁਤ ਗਹਿਰੀ ਪਹੁੰਚਾ ਦਿੰਦੇ ਨੇ, ਮਿੱਤਰ ਇਤਨੀ ਗਹਿਰੀ ਖੁਸ਼ੀ ਨਹੀਂ ਦਿੰਦਾ ਜਿਤਨਾ ਦੁਸ਼ਮਣ ਗਹਿਰੀ ਚੋਟ ਪਹੁੰਚਾ ਜਾਂਦਾ। ਇਸ ਵਾਸਤੇ ਮਿੱਤਰ ਨਾਲੋਂ ਦੁਸ਼ਮਣ ਯਾਦਾ ਯਾਦ ਆਉਂਦਾ, ਸੁੱਖ ਨਾਲੋਂ ਦੁੱਖ ਜ਼ਿਆਦਾ ਯਾਦ ਆਉਂਦੇ ਨੇ। ਵਿਦਵਾਨ ਕਹਿੰਦੇ ਨੇ ਸੁੱਖ ਤੇ ਉਥਲੇ ਨੇ, ਉੱਪਰ ਉੱਪਰ ਨੇ, ਉਥਲਾ ਪਾਣੀ ਹੈ, ਦੁੱਖ ਬਹੁਤ ਗਹਿਰਾ ਪਾਣੀ ਹੈ। ਇਹਦੇ ਉੱਤੇ
ਇੱਕ ਮਹਾਨ ਸ਼ਾਇਰ ਨੇ ਆਪਣਾ ਅਨੁਭਵ ਇਹ ਵਿਅਕਤ ਕੀਤਾ ਹੈ, ਮਨੁੱਖ ਹੱਸ ਰਿਹਾ ਹੋਵੇ ਤੇ ਉਹਨੂੰ ਇਤਨਾ ਕਹਿ ਦਈਏ ਨਾ ਹੱਸ, ਬਸ ਹਾਸਾ ਬੰਦ ਹੋ ਜਾਂਦਾ, ਇਕਦਮ ਐਮਰਜੈਂਸੀ ਬ੍ਰੇਕ ਲੱਗ ਜਾਂਦੀ, ਇਕਦਮ ਸੁੱਕ ਜਾਂਦਾ ਹੈ। ਪਰ ਕੋਈ ਰੋ ਰਿਹਾ ਤੇ ਰੋਣਾ ਤੇ ਵਿਛੋੜੇ ਚ ਨਿਕਲਦਾ ਹੈ। ਮਿੱਤਰ ਦਾ ਵਿਛੋੜਾ, ਪੁੱਤਰ ਦਾ ਵਿਛੋੜਾ, ਪਰਿਵਾਰ ਦਾ ਵਿਛੋੜਾ, ਧਨ ਸੰਪਦਾ ਦਾ ਵਿਛੋੜਾ, ਸਿਹਤ ਦਾ ਵਿਛੋੜਾ, ਇੱਜ਼ਤ ਮਾਣ ਮਰਿਆਦਾ ਦਾ ਵਿਛੋੜਾ, ਵਿਛੋੜਾ ਤੜਪਾਏਗਾ, ਰੁਲਾਏਗਾ ਤੇ ਕੋਈ ਰੋ ਰਿਹਾ ਹੋਵੇ ਤੇ ਉਹਨੂੰ ਕਹਿ ਦਈਏ ਨਾ ਰੋ, ਰੋਣਾ ਇਕਦਮ ਨਹੀਂ ਥੰਮਦਾ। ਰੋਣੇ ਦੀ ਕੋਈ ਐਮਰਜੈਂਸੀ ਬ੍ਰੇਕ ਹੈ ਹੀ ਕੋਈ ਨਹੀਂ, ਹਾਸੇ ਦੀ ਹੈ, ਹੱਸ ਰਿਹਾ ਨਾ ਹੱਸ, ਪਰ ਇੰਨਾ ਕਹਿਣ ਵਾਲੀ ਹਾਸਾ ਬੰਦ। ਰੋ ਰਿਹਾ ਦਸ ਬੰਦੇ ਉਹਨੂੰ ਚੁੱਪ ਕਰਾਉਂਦੇ, ਨਾ ਰੋ, ਨਾ ਰੋ, ਨਾ ਰੋ। ਰੋਣਾ ਇਕਦਮ ਬੰਦ ਨਹੀਂ ਆਉਂਦਾ, ਥੰਮਤੇ ਥੰਮਤੇ ਥਮੇਗੇ ਆਸੂ, ਰੋਣਾ ਹੈ ਕੋਈ ਹੱਸੀ ਨਹੀਂ। ਇਹ ਹਾਸਾ ਥੋੜੀ ਹੈ ਕਿ ਮੈਂ ਇਕਦਮ ਰੋਕ ਲਵਾਂ, ਰੋਣਾ ਹੈ, ਵਕਤ ਲੱਗੇਗਾ। ਇਸ ਵਾਸਤੇ ਦੁੱਖ ਜਿਤਨੇ ਗਹਿਰੇ ਨੇ ਸੁੱਖ ਇਤਨੇ ਗਹਿਰੇ ਨਹੀਂ ਨੇ, ਦੁੱਖ ਬਹੁਤ ਗਹਿਰਾਈ ਨਾਲ ਚੋਟ ਪਹੁੰਚਾ ਜਾਂਦੇ ਨੇ। ਇਸ ਵਾਸਤੇ ਮਿੱਤਰ ਇਤਨਾ ਯਾਦ ਨਹੀਂ ਆਉਂਦਾ ਜਿਤਨਾ ਦੁਸ਼ਮਣ ਯਾਦ ਆਉਂਦਾ। ਯਾਦਾਂ ਵਿੱਚ ਕੀ ਆਉਂਦਾ ਹੈ ਮੂਲ ਰੋਗ ਦੇ, ਜਾਂ ਸੁੱਖ ਦੀਆਂ ਯਾਦਾਂ ਜਾਂ ਦੁੱਖ ਦੀਆਂ ਯਾਦਾਂ, ਜਾਂ ਮਨੁੱਖ ਦੁੱਖ ਨੂੰ ਯਾਦ ਕਰਦਾ ਹੈ ਜਾਂ ਸੁੱਖ ਨੂੰ। ਮਨ ਚਲਾ ਜਾਂਦਾ ਹੈ ਗੁਜ਼ਰੇ ਹੋਏ ਸਮੇਂ ਵਿੱਚ, ਜਾਂ ਇੰਜ ਕਹਿ ਲਓ ਮਨ ਚਲਾ ਜਾਂਦਾ ਹੈ ਦੁੱਖਾਂ ਵਿੱਚ ਸੁੱਖਾਂ ਵਿੱਚ। ਫਿਰ ਮਨ ਚਲਾ ਜਾਂਦਾ ਹੈ ਆਉਣ ਵਾਲੇ ਸਮੇਂ ਚ, ਆਉਣ ਵਾਲੇ ਸਮੇਂ ਦੀ ਚਿੰਤਾ, ਹੁਣ ਜਿਹੜਾ ਮੇਰੇ ਕੋਲ ਸੁੱਖ ਹੈ ਕਿਧਰੇ ਚਲਾ ਨਾ ਜਾਏ, ਚਿੰਤਾ ਚਿੰਤਾ ਚਿੰਤਕ। ਹੁਣ ਜੋ ਕੁਛ ਮੈਂ ਚਾਹੁੰਦਾ ਐਸਾ ਨਾ ਹੋਵੇ ਨਾ ਮਿਲੇ, ਚਿੰਤਕ। ਮਨ ਚਲਾ ਜਾਂਦਾ ਹੈ ਚਿੰਤਾ ਵਿੱਚ, ਮਨ ਚਲਾ ਜਾਂਦਾ ਹੈ ਦੁੱਖ ਸੁੱਖ ਦੇ ਵਿੱਚ। ਧਰਮ ਦੀ ਸਾਧਨਾ ਹੈ ਮਨ ਨੂੰ ਦੁੱਖ ਸੁੱਖ ਦੇ ਚੋਂ ਕੱਢਣਾ, ਮਨ ਨੂੰ ਚਿੰਤਾ ਦੇ ਚੋਂ ਕੱਢਣਾ। ਇਹ ਕਿਸ ਤਰ੍ਹਾਂ ਨਿਕਲੇ? ਇੱਕ ਸ਼ਬਦ ਲੈਵਲਾ, ਹੋਰ ਕੋਈ ਤਰੀਕਾ, ਕੋਈ ਤਰੀਕਾ ਹੀ ਨਹੀਂ ਹੈ। ਤੇ ਲਿਵ ਲਾਣ ਲੱਗਿਆ ਕੋਈ ਘੰਟਾ ਲੱਗਦਾ, 8 ਘੰਟੇ ਲੱਗਦੇ ਨੇ, ਇੱਕ ਸੈਕਿੰਡ, ਇੱਕ ਸੈਕਿੰਡ। ਅੰਧੇਰੇ ਨੂੰ ਬਜਾਣ ਲੱਗਿਆ ਸਾਲਾਂ ਵਧੀ ਚਾਹੀਦੇ ਨੇ, ਨਹੀਂ, 50 ਸਾਲ ਦਾ ਵੀ ਅੰਧੇਰਾ ਕਿਸੇ ਕਮਰੇ ਦੇ ਚ ਇੱਕ ਸੈਕਿੰਡ ਵਿੱਚ ਨਸਾਇਆ ਜਾ ਸਕਦਾ ਹੈ, ਬਜਾਇਆ ਜਾ ਸਕਦਾ ਹੈ। ਕਈ ਜਨਮਾਂ ਦੇ ਪਾਪ, ਦੁੱਖ, ਸੰਤਾਪ ਨੇ ਇੱਕ ਸੈਕਿੰਡ ਵਿੱਚ ਖਤਮ ਕੀਤੇ ਜਾ ਸਕਦੇ। ਹੁਣ ਮੈਂ ਫਿਰ ਦੁਹਰਾਵਾਂ, ਅਭਿਆਸੀ ਲੋਕ ਜ਼ਰੂਰ ਪਕੜ ਲੈਣਗੇ, ਜਿੰਨਾ ਸੌਖਾ ਹੈ ਕੰਮ ਪਰਮਾਤਮਾ ਨੂੰ ਪ੍ਰਾਪਤ ਕਰਨਾ, ਸੰਸਾਰ ਵਿੱਚ ਕਿਸੇ ਵੀ ਚੀਜ਼ ਨੂੰ ਪ੍ਰਾਪਤ ਕਰਨਾ ਇਤਨਾ ਸੌਖਾ ਨਹੀਂ, ਇਤਨਾ ਸੌਖਾ ਨਹੀਂ, ਔਖਾ ਹੈ। ਮਿਹਨਤ ਕਰਨੀ ਪੈਂਦੀ ਹੈ, ਕਦੇ ਮਿਹਨਤ ਕਰਨੀ ਪੈਂਦੀ ਹੈ ਤਾਂ ਜਾ ਕੇ ਕੁਛ ਪ੍ਰਾਪਤ ਹੁੰਦਾ ਹੈ। ਬਹੁਤ ਸੌਖਾ ਹੈ
ਪਰਮਾਤਮਾ ਨੂੰ ਪ੍ਰਾਪਤ ਕਰਨਾ। ਸੰਸਾਰ ਦੇ ਵਿੱਚ ਕੁਝ ਪ੍ਰਾਪਤ ਕਰਨਾ ਹੋਵੇ, ਇੱਕ ਛਿਨ ਦੇ ਚ ਨਹੀਂ ਮਿਲਦਾ, ਨਹੀਂ ਮਿਲਦਾ। ਬੜਾ ਸਮਾਂ ਲੱਗਦਾ ਤੇ ਬੜੇ ਯਤਨ ਕਰਨੇ ਪੈਂਦੇ, ਬਹੁਤ ਵਕਤ ਲੱਗਦਾ। ਜਿਤਨਾ ਸੌਖਾ ਹੈ ਪ੍ਰਮਾਤਮਾ ਨੂੰ ਪ੍ਰਾਪਤ ਕਰਨਾ, ਇਤਨਾ ਹੋਰ ਕੋਈ ਸੌਖਾ ਨਹੀਂ। ਤਾਂ ਹੀ ਤੇ ਬੁੱਲਾ ਕਹਿ ਰਿਹਾ, ਬੁੱਲਿਆ ਰੱਬ ਦਾ ਕੀ ਪਾਉਣਾ, ਇਹ ਕਿਹੜੀ ਗੱਲ ਹੈ, ਇਹ ਕੋਈ ਔਖੀ ਗੱਲ ਹੈ, ਇੰਜ ਕਹਿ ਰਿਹਾ। ਬੁੱਲਿਆ ਰੱਬ ਦਾ ਕੀ ਪਾਉਣਾ, ਇਧਰੋਂ ਪੁੱਟਣਾ ਤੇ ਇਧਰੋਂ ਲਾਉਣਾ, ਇੰਨੀ ਤੇ ਗੱਲ ਹੈ। ਪਰ ਇਧਰੋਂ ਪੁੱਟਣ ਲੱਗਿਆ, ਉਧਰੋਂ ਲਾਉਣ ਲੱਗਿਆ, ਪਤਾ ਨੀ ਕਿੰਨੇ ਜੀਵਨ ਲੱਗ ਜਾਂਦੇ ਨੇ, ਕਿਤਨੇ ਜਨਮ ਲੱਗ ਜਾਂਦੇ, ਉੱਟਿਆ ਹੀ ਨਹੀਂ ਜਾਂਦਾ ਕਈ ਦਫ਼ਾ, ਤੇ ਮਨ ਉਖੜਦਾ ਹੀ ਨਹੀਂ। ਕੋਸ਼ਿਸ਼ ਕਰੀਏ ਦੁੱਖ ਦੀ ਯਾਦ ਵਿੱਚ ਇਹ ਮਨ ਤੋਂ ਨਿਕਲ, ਨਹੀਂ ਨਿਕਲ। ਆਵਾਜ਼ਾਂ ਮਾਰਦੇ ਨੇ ਮੇਰੇ ਪਾਤਸ਼ਾਹ, ਮੇਰੇ ਮਨ ਪਰਦੇਸੀ ਵੇ ਪਿਆਰੇ ਆਓ ਕਰੇ, ਤੇ ਕਾਲ ਤੇਰਾ ਘਰ ਨਹੀਂ ਅਕਾਲ ਤੇਰਾ ਘਰ। ਪਰ ਮਨੁੱਖ ਹਿੰਮਤ ਨਹੀਂ ਕਰਦਾ। ਮੈਨੂੰ ਜਦ ਮਿਲਦੇ ਨੇ, ਠੀਕ ਹੈ ਬਾਬਾ ਅਤਰ ਸਿੰਘ ਜੀ ਹੋਏ, ਸਾਡੀ ਕਿਸਮਤ ਚ ਕਿੱਥੇ ਹੈ, ਹੋਏ ਬਾਬਾ ਕਰਮ ਸਿੰਘ ਜੋ ਹੈ ਮਰਦਾਨ ਵਾਲੇ, ਸੰਤ ਭਗਤ ਸਿੰਘ, ਬਾਬਾ ਭਾਗ ਸਿੰਘ ਹੋਏ, ਮੰਨ ਲੈਂਦੇ ਨੇ, ਸਾਡੀ ਕਿਸਮਤ ਚ ਕਿੱਥੇ ਹੈ। ਬੋੜ ਦਾ ਬੀਜ ਛੋਟਾ ਜਿਹਾ, ਤੇ ਉਹਨੂੰ ਬੋੜ ਦੇ ਦਰਖਤ ਦੇ ਕੋਲੋਂ ਲੈ ਜਾਈਏ ਤੇ ਆਖੀਏ ਤੂੰ ਵੀ ਇਹ ਦਰਖਤ ਹੋ ਸਕਦਾ, ਹੋ ਸਕਦਾ। ਤੇ ਬੀਜ ਇਹ ਆਖੇ ਸਾਡੀ ਕਿਸਮਤ ਚ ਕਿੱਥੇ, ਅਸੀਂ ਕਿੱਥੇ ਹੋ ਸਕਦੇ। ਇਹ ਇੱਕ ਬੀਜ ਹੀ ਦਰਖਤ ਹੋਇਆ। ਕਿਸੇ ਨੇ ਆਪਣੇ ਬੀਜ ਨੂੰ ਬੋਇਆ ਹੈ ਸ਼ਬਦ ਦੀ ਧਰਤੀ ਵਿੱਚ, ਦਰਖਤ ਹੋ ਗਿਆ, ਸਾਇਆਦਾਰ ਹੋ ਗਿਆ, ਫੁੱਲਦਾਰ ਹੋ ਗਿਆ, ਫਲਾਂ ਵਾਲਾ ਹੋ ਗਿਆ। ਕਿਸੇ ਨੇ ਬੀਜ ਬੋਇਆ ਹੀ ਨਹੀਂ, ਆਪਣੇ ਹੱਥ 'ਚ ਰੱਖਿਆ, ਕੀ ਪਾਉਣਾ। ਬੜੀ ਮਿਹਨਤ ਹੈ, ਬੜੀ ਮਿਹਨਤ ਹੈ। ਇੱਕ ਬੀਜ ਹੀ ਤੇ ਬੋਲ ਹੈ, ਇਹ ਵੀ ਗਵਾ ਦਈਏ, ਇਹ ਵੀ ਗਵਾ ਦਈਏ, ਫਿਰ ਸਾਡੀ ਕਿਸਮਤ ਵਿੱਚ ਕਿੱਥੇ ਹੈ। ਇੰਨੇ ਗੁਨਾਹ ਕੀਤੇ ਨੇ, ਇਤਨੇ ਪਾਪ ਕੀਤੇ ਨੇ, ਯਕੀਨ ਜਾਣੋ ਅਗਰ ਸਹੀ ਮਿਹਨਤ ਦਾ ਕੋਈ ਬ੍ਰਹਮ ਗਿਆਨੀ ਹੋਵੇਗਾ, ਉਹਨੇ ਤੁਹਾਨੂੰ ਇਹੀ ਕਹਿਣਾ ਹੈ, ਤੂੰ ਆਪਣੇ ਪਾਪਾਂ ਨੂੰ ਯਾਦ ਨਾ ਕਰ, ਪਤਿਤ ਪਾਵਨ ਨੂੰ ਯਾਦ ਕਰ। ਧੋਬੀ ਧੋਵੇ ਮੇਰੇ ਵਿਰਾਤਾ, ਰਾਮ ਨਾਮ ਵਾ ਕਾਮਨ ਰਾਤਾ। ਗੁਰੂ ਤੇ ਧੋਬੀ ਜੈ, ਤੂੰ ਦੇ ਉਹਨੂੰ ਕੱਪੜਾ ਧੋ ਕੇ ਸਾਫ਼ ਨਿਰਮਲ ਕਰਕੇ ਤੈਨੂੰ ਦੇ ਦੇ, ਤੂੰ ਦੇ ਦੇ ਸਹੀ, ਇੱਕ ਸੈਕਿੰਡ ਦੇ ਸਾਫ਼ ਕਰ ਦੇ।